ਸਾਲ ਜੀ ਸਾਰਿਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਲਾਈਵ ਹੋਇਆ ਜੀ ਆਪਾਂ ਆ ਇੱਕ ਬਿਆਨ ਦਿੱਤਾ ਹੈ ਰਾਜੇਵਾਲ ਸਾਹਿਬ ਨੇ ਉਹਦੇ ਸਬੰਧ ਦੇ ਵਿੱਚ ਮੈਂ ਲਾਈਵ ਹੋਇਆ ਆ ਆਪਾਂ ਆਪਣੇ ਵਿਚਾਰ ਆਪਣਾ ਜਵਾਬ ਰਾਜੇਵਾਲ ਸਾਹਿਬ ਨੂੰ ਦੇਣ ਦੇ ਲਈ ਤੇ ਕਿਰਪਾ ਕਰਕੇ ਮੇਰੀ ਬੇਨਤੀ ਹੈ ਵੀ ਇੱਕ ਤਾਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲੀ ਗੱਲ ਤੇ ਦੂਜੀ ਮੈਨੂੰ ਆਵਾਜ਼ ਕਮੈਂਟ ਕਰਕੇ ਦੱਸ ਦਿਓ ਵੀ ਆਵਾਜ਼ ਸਹੀ ਆ ਰਹੀ ਹੈ ਮੇਰੀ ਕਿਉਂਕਿ ਮਨ ਹੈ ਜਿਹੜਾ ਬੜਾ ਗੁੱਸੇ 'ਚ ਹੈ ਤੇ ਬੜਾ ਦੁਖੀ ਹੈ ਪਹਿਲੀ ਗੱਲ ਤੇ ਵੀ ਮਨ ਉਹਨਾਂ ਦੇ ਬਿਆਨ ਤੇ ਬੜਾ ਦੁਖੀ ਹੈ ਦੂਜੀ ਗੱਲ ਬੜਾ ਗੁੱਸੇ 'ਚ ਵੀ ਹੈ ਤੇ ਤੀਜੀ ਗੱਲ ਸੰਘਰਸ਼ ਪ੍ਰਤੀ ਸੋਚ ਕੇ ਚਿੰਤਤ ਵੀ ਹੈ ਦੁਖੀ ਵੀ ਹੈ ਮਨ ਗੁੱਸੇ 'ਚ ਵੀ ਹੈ ਤੇ ਚਿੰਤਾ ਤੇ ਵੀ ਹੈ ਤਿੰਨ ਹੀ ਚੀਜ਼ਾਂ ਨੇ ਹੁਣ ਤਿੰਨੇ ਚੀਜ਼ਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਆ ਜੋ ਸਾਰੇ ਜਣੇ ਜੁੜ ਜੋ ਭੈਣ ਰਾਜਦੀਪ कौर ਧੰਨਵਾਦ ਭਾਈ ਜੀਵਨ ਸਿੰਘ ਜੀ ਚਨਾਗਰਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਸਾਰਿਆਂ ਨੂੰ ਕਿਰਪਾ ਕਰਕੇ ਇੱਕ ਵਾਰੀ ਇਹ ਦੱਸ ਦਿਓ ਵੀ ਆਵਾਜ਼ ਸਹੀ ਆ ਰਹੀ ਹੈ ਮੇਰੀ ਜੇ ਆਵਾਜ਼ ਸਹੀ ਆ ਰਹੀ ਹੈ ਧੰਨਵਾਦ ਜੀ ਤੇ ਹੁਣ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਕਿ ਹੁਣ ਇੱਕ ਜੱਸੀ ਤੇਗ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਵੀਰੇ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਕਰਿਓ ਬਾਈ ਬਣ ਕੇ ਇੰਦਰ ਵੀਰੇ ਮੋਹਾਲੀ ਤੋਂ ਆਪਣਾ ਭਰਾ ਜੁੜਿਆ ਆਪਣੇ ਨਾਲ ਵੀਰੇ ਵੀਡੀਓ ਨੂੰ ਸ਼ੇਅਰ ਕਰੀ ਗਰੁੱਪਾਂ 'ਚ ਗੁਰਪ੍ਰੀਤ ਸਿੰਘ ਵੀਰੇ ਤੁਸੀਂ ਵੀ ਸਾਰੀ ਕਿਉਂ ਤਾਂ ਕਿ ਵੀਡੀਓ ਸ਼ੇਅਰ ਕਰਾਉਣ ਦਾ ਮਕਸਦ ਵੀਡੀਓ ਰਾਜੇਵਾਲ ਸਾਹਿਬ ਤੱਕ ਪਹੁੰਚਾ ਦਿਓ ਮੇਰੀ ਇਹ ਠੀਕ ਹੈ ਜੀ ਹੁਣ ਰਾਜੇਵਾਲ ਸਾਹਿਬ ਦਾ ਬਿਆਨ ਆਇਆ ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਾਈ ਸਾਰਿਆਂ ਦਾ ਜੁੜ ਗਏ ਹੋ ਤੁਸੀਂ ਸਾਰੇ ਇਹ ਪੁੱਤਰ ਹਾਂਜੀ ਬਾਬਾ ਜੀ ਕੀ ਹਾਲ ਚਾਲ ਹੈ ਬਿਲਕੁਲ ਬਿਲਕੁਲ ਜੱਸੀ ਤੇਗ ਚੌਕੀਆਂ ਝੰਡੇ ਬੁਕੇ ਜੁਗ ਜੁਗ ਹਟਲ ਬਿਲਕੁਲ ਬਾਈ ਜੀ ਬਿਲਕੁਲ ਥੋੜੇ ਦੇ ਵੀਰ ਹੋਰ ਜੁੜ ਜਾਣ ਫਿਰ ਆਪਾਂ ਗੱਲ ਨੂੰ ਸ਼ੁਰੂ ਕਰ ਲਾਂਗੇ ਮੇਰੇ ਵੀਰ ਆਜੋ ਆਪਾਂ ਛੇਤੀਓ ਸ਼ੁਰੂ ਕਰਾਂਗੇ ਜਾਇਓ ਨਾ ਬੇਨਤੀ ਹੈ ਵੀ ਜਵਾਬ ਹਰ ਇੱਕ ਬੰਦੇ ਨੇ ਦੇਣਾ ਹੈ ਰਾਜੇ ਵਾਲਾ ਸਾਹਿਬ ਨੂੰ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਜੀ ਵੀ ਇੱਕ ਤਾਂ ਤੁਸੀਂ ਨਿਸ਼ਾਨ ਸਾਹਿਬ ਲਾ ਲਓ ਹਟਾ ਦਿਓ ਜਾਂ ਨਿਸ਼ਾਨ ਸਾਹਿਬ ਵਧਾ ਦਿਓ ਆਪੋ ਸ਼ਬਦ ਨਹੀਂ ਕਹਿ ਸਕਦੇ ਜਿਹੜੇ ਉਹ ਕਹਿ ਰਹੇ ਹੈ ਤੇ ਦੂਜੀ ਗੱਲ ਉਹ ਕਹਿ ਰਹੇ ਹੈ ਕਿ ਜਿਹੜੇ ਨਿਹੰਗ ਸਿੰਘ ਉੱਥੇ ਬੈਠੇ ਹੈ ਉਹ ਵਾਪਸ ਚਲੇ ਜਾਣ ਠੀਕ ਹੈ ਜੀ ਤੇ ਉਹਨਾਂ ਦੇ ਕਹਿਣ ਦਾ ਮਕਸਦ ਕੀ ਹੈ ਉਹ ਕਹਿ ਕਿਉਂ ਰਹੇ ਨੇ ਸਾਨੂੰ ਨਹੀਂ ਇਹ ਗੱਲ ਦਾ ਪਤਾ ਪਰ ਰਾਜੇਵਾਲ ਸਾਹਿਬ ਸੁਣਿਓ ਦਿੱਲੀ 18 ਵਾਰ ਜਿੱਤੀ ਐ 18 ਵਾਰ ਸਿੱਖਾਂ ਨੇ ਜਿੱਤੀ ਐ 19 ਵਾਰ ਅੱਜ ਵੀ ਜਿੱਤ ਅਸੀਂ ਚੁੱਕੇ ਆ ਤੇ ਸੁਣਿਓ ਬੇਨਤੀ ਉਹ ਕੇਸਰੀ ਨਿਸ਼ਾਨ ਸਾਹਿਬ ਦੇ ਹੇਟਾਂ ਕੇਸਰੀ ਨਿਸ਼ਾਨ ਸਾਹਿਬ ਦੇ ਹੇਟਾਂ ਕੇਸਰੀ ਨਿਸ਼ਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਦਿੱਲੀ ਫਤਿਹ ਕੀਤੀ ਐ ਫੇਰ ਤੁਸੀਂ ਕਹਿ ਰਹੇ ਹੋ ਨਿਸ਼ਾਨ ਸਾਹਿਬ ਪੱਟ ਦਿਓ ਨਿਸ਼ਾਨ ਸਾਹਿਬ ਵਧਾ ਦਿਓ ਨਿਸ਼ਾਨ ਸਾਹਿਬ ਹਟਾ ਦਿਓ ਕੀ ਗੱਲ ਸਰਕਾਰ ਨੂੰ ਐਡੀ ਚਿੰਤਾ ਨਹੀਂ ਕਿਸੇ ਨੂੰ ਕੋਈ ਐਡਾ ਫਿਕਰ ਨਹੀਂ ਤੁਹਾਨੂੰ ਕਾਦਾ ਫਿਕਰ ਪੈ ਗਿਆ ਤੁਸੀਂ ਕਿਹੜੀ ਗੱਲੋਂ ਜੇ ਇੱਥੇ ਤੁਸੀਂ ਬੈਠੇ ਹੋ ਟੋਡਾ ਵਿਚਾ ਹੋਇਆ ਨਿੰਗ ਸਿੰਘਾ ਕਰਕੇ ਆ ਕਿਉਂਕਿ ਬਰਾਬਰ ਦੀ ਧਿਰ ਖੜੀ ਆ ਜਦੋਂ ਕਿਸੇ ਨਾਲ ਗੱਲ ਕਰਨੀ ਹੋਵੇ ਜਦੋਂ ਕਿਸੇ ਨਾਲ ਕੋਈ ਸਮਝੌਤੇ ਦੀ ਕਿਸੇ ਨਾਲ ਕੋਈ ਫੈਸਲੇ ਦੀ ਗੱਲ ਕਰਨੀ ਹੋਵੇ ਬਰਾਬਰ ਦੀ ਧਿਰ ਹੋ ਕੇ ਗੱਲ ਹੁੰਦੀ ਹੁੰਦੀ ਹੈ ਮੰਗਤੇ ਬਣ ਕੇ ਮੰਗਾ ਨਹੀਂ ਮਿਲਦੀਆਂ ਅੱਜ ਤੱਕ ਜੋ ਲਿਆ ਥੋੜਾ ਲਿਆ ਸੀ ਬਾੜਾ ਲਿਆ ਆਪਣੇ ਡੰਡੇ ਨਾਲ ਲਿਆ ਰਾਜੀਵਾਲ ਸਾਹਿਬ ਤੁਸੀਂ ਅੱਜ ਕਹਿੰਦੇ ਹੋ ਵੀ ਨਿਸ਼ਾਨ ਸਾਹਿਬ ਬਤਾ ਦਿਓ ਇਹਦੇ ਨਾਲ ਗਲਤ ਫੈਕਟ ਪੈਂਦਾ ਕੀ ਗਲਤ ਫੈਕਟ ਪੈਂਦਾ ਭਈ ਇਹਦੇ ਨਾਲ ਜੇ ਅੱਜ ਤੁਹਾਡੀ ਪਛਾਣ ਹੈ ਸੰਘਰਸ਼ ਦੀ ਪਛਾਣ ਹੈ ਅੱਜ ਅਸੀਂ ਇੱਥੇ ਤੱਕ ਪਹੁੰਚੇ ਆ ਨਿਸ਼ਾਨ ਸਾਹਿਬ ਕਰਕੇ ਪਹੁੰਚੇ ਆ ਹੁਣ ਸਿੱਧੀ ਗੱਲ ਤੁਸੀਂ ਕਿਉਂ ਨਹੀਂ ਕਹਿੰਦੇ ਵੀ ਸਾਡੀਆਂ ਲੱਤਾਂ ਬਜਨ ਨਹੀਂ ਚਲਦੀਆਂ ਕਿਉ ਹੁਣ ਸੁਣਿਓ ਬੇਨਤੀ ਮੇਰੀ ਹੁਣ ਸਥਿਤੀ ਕੀ ਬਣੀ ਹੋਈ ਐ ਜਦੋਂ ਇਹ ਦਿੱਲੀ ਦੇ ਲੀਡਰਾਂ ਕੋਲ ਜਾਂਦੇ ਨੇ ਪਹਾੜੇ ਦੇ ਟੱਟੂ ਗਊ ਮੈਂ ਇਹਨਾਂ ਨੂੰ ਜਿਹੜੇ ਅਜੇ ਵਿਆੜ ਦਿੰਦੇ ਨੇ ਜਦੋਂ ਤੇਰੇ ਵਰਗੇ ਰਾਜੀਵਲ ਰਾਜੀਵਲ ਸਾਹਿਬ ਤੇਰੇ ਵਰਗੇ ਬੰਦੇ ਜਾਂਦੇ ਆ ਦਿੱਲੀ ਕੋਲੇ ਫੇਰ ਸੰਘਰਸ਼ ਫੇਲ ਹੁੰਦੇ ਨੇ ਤੁਸੀਂ ਜਾ ਕੇ ਸਾਡੇ ਸੰਘਰਸ਼ ਦੀਆਂ ਕਮਜ਼ੋਰੀਆਂ ਸਾਡੀਆਂ ਕਮਜ਼ੋਰੀਆਂ ਉਹਨਾਂ ਨੂੰ ਮੂਰੇ ਜਾ ਕੇ ਰੱਖਦੇ ਹੋ ਤਾਂ ਅਸੀਂ ਮਰਦੇ ਆ ਤੁਸੀਂ ਪਤਾ ਕੌਣ ਹੋ ਤੁਸੀਂ ਡੋਗਰੇ ਹੋ ਡੋਗਰੇ ਕਿਉਂਕਿ ਨਵੇਂ ਸ਼ਬਦ ਸੁਣ ਲਿਓ ਮੇਰੀ ਗੱਲ ਨਿਸ਼ਾਨ ਸਭ ਤੋਂ ਡਰਦੀ ਹੈ ਦਿੱਲੀ ਗਵਰਨਮੈਂਟ ਆ ਪੱਗ ਤੋਂ ਡਰਦੀ ਹੈ ਆ ਕੜੇ ਤੋਂ ਡਰਦੀ ਹੈ ਰਾਜੇਵਾਲ ਸਾਹਿਬ ਤੇਥੋਂ ਕੋਈ ਨਹੀਂ ਡਰਦਾ ਤੇਰੀ ਜਥੇਬੰਦੀ ਤੋਂ ਨਹੀਂ ਡਰਦਾ ਕੋਈ ਜੇ ਤੇਰੇ ਮਨ ਚ ਵਹਿਮ ਹੋਵੇ ਜਿਹੜੀ ਦਿੱਲੀ ਡਰਦੀ ਐ ਪੰਜਾਬ ਤੋਂ ਡਰਦੀ ਐ ਇਹ ਜਥੇਬੰਦੀਆਂ ਤੋਂ ਨਹੀਂ ਡਰਦੀ ਮੈਂ ਕਿਸੇ ਜਥੇਬੰਦੀ ਦਾ ਹਿੱਸਾ ਨਹੀਂ ਕਿੰਨੇ ਹੀ ਨੌਜਵਾਨ ਗਏ ਐ ਹੁਣ ਸਥਿਤੀ ਬਾਈ ਜੀ ਕੀ ਹੋਈ ਬਈ ਐ ਜਦੋਂ ਦਾ ਇਹ ਜਾਂਦੇ ਨੇ ਸਰਕਾਰ ਕੋਲੇ ਸਰਕਾਰ ਇਹਨਾਂ ਨੂੰ ਕਹਿ ਦੇ ਇਹਨਾਂ ਨੂੰ ਪੁੱਛਿਆ ਮੀਟਿੰਗ ਦੇ ਵਿੱਚ ਵੀ ਤੁਸੀਂ ਦੱਸੋ ਕੀ ਚਾਹੁੰਦੇ ਹੋ ਵੀ ਤੁਸੀਂ ਦੱਸੋ ਕੀ ਚਾਹੁੰਦੇ ਹੋ ਇਹਨਾਂ ਨੇ ਮੰਗਾਂ ਲੈ ਕੇ ਦੇਤੀਆਂ ਉਹ ਮੰਗਾਂ ਸਾਰੀਆਂ ਮੰਨ ਲਈਆਂ ਉਹਨਾਂ ਨੇ ਕਦੇ ਆ ਮੰਗਾ ਨੇ ਥੋਡੀਆਂ ਸੀ ਮੰਨਦੇ ਆ ਪਰ ਕਾਨੂੰਨ ਵਾਪਸ ਲੈਣ ਨੂੰ ਨਾ ਕਹੋ ਇਹ ਵਾਪਸ ਆ ਗਏ ਹੁਣ ਜਦੋਂ ਇਹ ਵਾਪਸ ਆ ਗਏ ਆ ਕੇ ਇਹਨਾਂ ਨੇ ਮਾਹੌਲ ਦੇਖਿਆ ਹੁਣ ਪਿੱਛੋਂ ਸਿਸਟਮ ਕੀ ਹੈ ਅਸੀਂ ਕੀ ਕਹਿ ਕੇ ਖੜੇ ਆ ਉੱਤੇ ਮੈਂ ਦਿੱਲੀ ਬਾਰਡਰ ਤੇ ਕਿਉਂ ਬੈਠਾ ਵੀ ਕਾਨੂੰਨ ਵਾਪਸ ਕਰਾਉਣੇ ਨੇ ਕਾਨੂੰਨ ਵਾਪਸ ਕਰਾਉਣੇ ਨੇ ਬਾਈ ਜੀ ਇਹ ਤੋਂ ਘੱਟ ਜਿਹੜਾ ਵੀ ਲੀਡਰ ਸਮਝੌਤਾ ਕਰਕੇ ਆਉ ਛੱਤਰ ਵਿਰੂ ਛੱਤਰ ਤੇ ਹੁਣੇ ਉਹ ਛੱਤਰਾਂ ਤੋਂ ਡਰਦੇ ਨੇ ਕਿਉਂਕਿ ਇਹ ਸਰਕਾਰ ਨਾਲ ਸਮਝੌਤਾ ਕਰਨ ਨੂੰ ਤਿਆਰ ਬੈਠੇ ਨੇ ਬਾਈ ਜੀ ਹੁਣ ਇਹੋ ਜਿਹੇ ਬਿਆਨ ਦੇਣੇ ਇਹੋ ਜਿਹੀਆਂ ਗੱਲਾਂ ਕਹਿਣ ਦਾ ਕਾਰਨ ਕੀ ਹੈ ਵੀ ਸੰਘਰਸ਼ ਦੇ ਵਿੱਚ ਪਾੜ ਪੈ ਜਾਵੇ ਸੰਘਰਸ਼ ਨੂੰ ਫੇਲ ਕਿਸੇ ਜਥੇਬੰਦੀ ਨੇ ਕਿਸੇ ਧਰਮ ਨੇ ਕਿਸੇ ਧਾਰਮਿਕ ਆਗੂ ਨੇ ਨਹੀਂ ਕਰਿਆ ਜੇ ਸੰਘਰਸ਼ ਨੂੰ ਫੇਲ ਕਰੋਗੇ ਤਾਂ ਤੁਸੀਂ ਕਰੋਗੇ ਇਹ ਗੱਲ ਦਿਮਾਗ 'ਚ ਪਾ ਲਿਓ ਤੁਸੀਂ ਤੇ ਦੂਜੀ ਗੱਲ ਤੁਸੀਂ ਕਹਿੰਦੇ ਹੋ ਨੇ ਅੰਗ ਸਿੰਘਾਂ ਨੂੰ ਵਾਪਸ ਚਲੇ ਜਾਓ ਤੇਰੇ ਪਿਓ ਦਾ ਸੰਘਰਸ਼ ਹੈ ਨਹੀਂ ਤੇਰੇ ਪਿਓ ਵਾਲੇ ਵੀ ਤੂੰ ਜੋ ਕਵੇਂਗਾ ਸੀ ਮੰਨਾਂਗੇ ਤੁਸੀਂ ਜਿਕਾਰੇ ਤੇ ਪਾਬੰਦੀ ਲਾਈ ਉਗਰਾਹਾਂ ਸਾਹਿਬ ਨੇ ਅਸੀਂ ਉਹ ਮੰਨਿਆ ਸਾਨੂੰ ਪਤਾ ਸੀ ਕਿਵੇਂ ਮੰਨਿਆ ਇੱਥੇ ਇਹਨੂੰ ਪੁੱਛ ਕੇ ਦੇਖੋ ਕਦੇ ਦਿਲ ਨੂੰ ਬੀ ਕਿਵੇਂ ਬਣਿਆ ਉਹ ਪਰ ਅਸੀਂ ਫੇਰ ਵੀ ਉਹ ਚੀਜ਼ ਨੂੰ ਸਮਝੌਤਾ ਕਰਿਆ ਆਪਣੇ ਆਪ ਨਾਲ ਵੀ ਨਹੀਂ ਆਪਾਂ ਕਿਸਾਨੀ ਸੰਘਰਸ਼ ਲੜਨਾ ਜੇ ਉਹਦੇ ਲਈ ਸਾਨੂੰ ਆਪਣੀ ਧਾਰਮਿਕ ਮੰਗ ਨੂੰ ਜਾਂ ਧਾਰਮਿਕ ਪੱਖ ਨੂੰ ਇੱਕ ਪਾਸੇ ਰੱਖਣਾ ਪਿਆ ਅਸੀਂ ਰੱਖਾਂਗੇ ਅਸੀਂ ਪਿੱਛੇ ਰੱਖਿਆ ਨਹੀਂ ਅਸੀਂ ਜਕਾਰੇ ਨਹੀਂ ਲਾਏ ਅਸੀਂ ਇਸ ਚੀਜ਼ ਦਾ ਵਿਰੋਧ ਨਹੀਂ ਕਰਿਆ ਫਿਰ ਦੂਜੀ ਗੱਲ ਜਿਵੇਂ ਇਸ ਸਟੇਜ ਤੇ ਖੜਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਉਹਨਾਂ ਖੜਕੂ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਐ ਭਾਈ ਲਖਵਿੰਦਰ ਸਿੰਘ ਨਾਰਿੰਗਾਲ ਹੋਣੀ ਤੇ ਕਿੰਨੇ ਹੀ ਹੋਰ ਯੋਧੇ ਸਾਡੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਹਜੇ ਤੱਕ ਜੇਲ੍ਹਾਂ 'ਚ ਬੈਠੇ ਨੇ ਜੇ ਤਾਂ ਅਸੀਂ ਇਸ ਸਟੇਜ ਤੋਂ ਉਹਨਾਂ ਦੀ ਗੱਲ ਕਰਦੇ ਆ ਤਾਂ ਤੁਸੀਂ ਕਹਿੰਦੇ ਹੋ ਗਲਤ ਐ ਅਸੀਂ ਕਰੀ ਨਹੀਂ ਕੋਈ ਗੱਲ ਐਸੀ ਪਰ ਤੁਸੀਂ ਇਹ ਚੀਜ਼ ਵਾਸਤੇ ਸਾਨੂੰ ਪਹਿਲਾਂ ਰੋਕਿਆ ਪਰ ਜੇ ਤੁਸੀਂ ਉਹਨਾਂ ਕਾਮਰੇਡਾਂ ਦੀ ਰਿਹਾਈ ਦੀ ਮੰਗ ਕਰਦੇ ਹੋ ਜਿਨ੍ਹਾਂ ਦਾ ਪੰਜਾਬ ਨਾਲ ਪੰਜਾਬੀ ਸੰਘਰਸ਼ ਨਾਲ ਕਿਸਾਨੀ ਸੰਘਰਸ਼ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਤੁਹਾਡੀ ਮੰਗ ਜਾਇਜ਼ ਹੈ ਅਸੀਂ ਬੋਲੇ ਸੋਨਿਆਲ ਦਾ ਜ਼ਿਕਰ ਨਹੀਂ ਲਾ ਸਕਦੇ ਤੁਸੀਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾ ਸਕਦੇ ਹੋ ਤੁਸੀਂ ਝੂਠੇ ਇਨਕਲਾਬੀ ਹੋ ਕਾਮਰੇਡੋ ਤੁਸੀਂ ਵੀ ਸੁਣ ਲਓ ਰਾਜੇਵਾਲ ਸਾਹਿਬ ਤੁਸੀਂ ਵੀ ਸੁਣ ਲਓ ਇਹ ਕੱਲੋਂ ਕੱਲੇ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਔਰ ਸੁਣਿਓ ਗੱਲ ਮੇਰੀ ਇੱਕ ਕੇ ਬਣਦੇ ਨੇ ਭਗਤ ਸਿੰਘ ਦੇ ਵਾਰਸ ਰੀਸਾ ਗਾਂਧੀ ਦੀਆਂ ਚਾਲ ਚੱਲਣ ਗਾਂਧੀ ਵਾਲੇ ਮਾਰਨੀਆ ਪਾਲਸ਼ਾ ਰੋਲ ਭਗਤ ਸਿੰਘ ਵਾਲੇ ਉਹ ਸਰਕਾਰ ਦੇ ਉਹ ਦੱਲੇ ਉਹ ਟੱਟੂ ਉਹ ਜੇ ਤੁਹਾਡੀਆਂ ਲਤਾਂ ਨਹੀਂ ਵਜਣ ਚੱਲਦੀਆਂ ਅੱਜ ਇਸ ਸਟੇਜ ਤੇ ਕਹਿ ਦਿਓ ਵੀ ਸਾਡੇ 'ਚ ਹਿੰਮਤ ਨਹੀਂ ਹੈ ਅਸੀਂ ਇਹ ਲੜਾਈ ਨੂੰ ਅੱਗੇ ਨਹੀਂ ਲੜ ਸਕਦੇ ਅਸੀਂ ਇੱਥੇ ਤੱਕ ਲੈ ਆਏ ਸਰਕਾਰ ਦਾ ਪ੍ਰੈਸ਼ਰ ਸਾਡੇ ਤੋਂ ਚੱਲਿਆ ਨਹੀਂ ਜਾਂਦਾ ਸਰਕਾਰ ਦਾ ਪ੍ਰੈਸ਼ਰ ਹੀ ਸਾਡੇ ਤੋਂ ਚੱਲਿਆ ਜਾਂਦਾ ਤੁਸੀਂ ਇਹਨੂੰ ਸਾਫ਼ ਕਹਦੇ ਹੋ ਅਸੀਂ ਆਪੇ ਸੰਘਰਸ਼ ਲੜਾਂਗੇ ਪਰ ਰਾਜੀਵਾਲ ਸਾਹਿਬ ਤੁਸੀਂ ਇੱਕ ਅਨਿਸ਼ਾਨ ਸਾਹਿਬ ਦੀ ਗੱਲ ਕਰਦੇ ਹੋ ਹੁਣ ਤੁਸੀਂ ਦੇਖਿਓ ਕਿੰਨੇ ਅਨਿਸ਼ਾਨ ਸਾਹਿਬ ਲੱਗਦੇ ਆ ਤੁਸੀਂ ਕਹਿੰਦੇ ਹੋ ਨਿੰਗ ਸਿੰਘਾਂ ਨੂੰ ਕਿ ਚਲੇ ਜਾਓ ਤੇਰੇ ਪਿਓ ਦਾ ਸੰਘਰਸ਼ ਨਹੀਂ ਹੈਗਾ ਇਹ ਵੀ ਤੂੰ ਜੋ ਕਹਦੇਂਗਾ ਅਸੀਂ ਮੰਨ ਲਾਂਗੇ ਨਾ ਅਸੀਂ ਦਿੱਲੀਓ ਜਾਣਾ ਨਾ ਸੰਘਰਸ਼ ਚੋਂ ਜਾਣਾ ਨਾ ਅਸੀਂ ਮਰੇ ਬਿਨਾ ਜਾਣਾ ਅਸੀਂ ਲੜਨ ਨਹੀਂ ਆਏ ਅਸੀਂ ਤਾਂ ਮਰਨ ਆਏ ਆ ਤੇ ਮਰ ਕੇ ਜਾਵਾਂਗੇ ਇਹ ਗੱਲ ਸਾਦਰ ਰੱਖ ਲਿਓ ਸਾਡੀ ਕਿਉਂਕਿ ਝੂਲਦੇ ਨਿਸ਼ਾਨ ਨੇ ਪੰਥ ਮਹਾਰਾਜ ਕੇ ਇਹ ਮਹਾਰਾਜ ਦੇ ਦੀਵਾਨ ਨੇ ਇਹ ਉਹ ਕੇਸਰੀ ਨਿਸ਼ਾਨ ਹੈ ਰਾਜਾ ਵਾਲ ਜਿਹੜਾ ਦਿੱਲੀ ਦੇ ਲਾਲ ਕਿਲੇ ਤੇ ਝੂਲਿਆ ਸੀ ਇਹ ਉਹ ਕੇਸਰੀ ਨਿਸ਼ਾਨ ਹੈ ਇਹ ਉਹ ਕੇਸਰੀ ਨਿਸ਼ਾਨ ਹੈ ਜਿਹਦੀ ਛੱਦਰ ਛਾਇਆ ਦੇ ਹੇਠਾ ਕਿੰਨੀਆਂ ਬੀਬੀਆਂ ਨੇ ਪਤਾਂ ਰੋਲ ਨੂੰ ਬਚਾਈਆਂ ਨੇ ਕਿੰਨਿਆਂ ਬੇਕਰਿਆਂ ਨੂੰ ਘਰ ਦਿੱਤੇ ਨੇ ਇਸ ਨਿਸ਼ਾਨ ਸਾਹਿਬ ਨੇ ਕਿੰਨਿਆਂ ਭੁੱਖਿਆਂ ਨੂੰ ਰੋਟੀ ਦਿੱਤੀ ਇਸ ਨਿਸ਼ਾਨ ਸਾਹਿਬ ਨੇ ਤੇ ਤੂੰ ਕਹਿੰਦੇ ਨਿਸ਼ਾਨ ਸਾਹਿਬ ਲਾ ਦਿਓ ਕੱਲ ਨੂੰ ਤੂੰ ਕਹੇਗਾ ਪੱਗ ਦਾ ਗਲਤ ਪ੍ਰਭਾਵ ਜਾਂਦਾ ਪੱਗ ਲਾ ਦਿਓ ਪਰਸੋਂ ਤੁਸੀਂ ਕਹੋਗੇ ਗਾਤਰੇ ਦਾ ਪ੍ਰਭਾਵ ਜਾਂਦਾ ਪਰਾਂ ਜਾਂਦਾ ਗਾਤਰਾ ਲਾ ਦਿਓ ਤੁਸੀਂ ਤਾਂ ਬਹੁਤ ਕੁਝ ਕਹੋਗੇ ਤੇਰੇ ਪਿਓ ਦਾ ਸੰਘਰਸ਼ ਨਹੀਂ ਹੈਗਾ ਇਹ ਕਿਸੇ ਇੱਕ ਬੰਦੇ ਦਾ ਸੰਘਰਸ਼ ਨਹੀਂ ਅਸੀਂ ਕਿਸੇ ਜਥੇਬੰਦੀ ਕਰਕੇ ਨਹੀਂ ਆਏ ਸਾਨੂੰ ਪਤਾ ਤੁਹਾਡੀਆਂ ਜਥੇਬੰਦੀਆਂ ਦਾ ਇਕੱਠ ਕਿੰਨਾ ਖੁੰਦਾ ਹੁੰਦਾ ਹੁੰਦਾ ਸੀ ਸਾਨੂੰ ਸਭ ਪਤਾ ਹੈ 30 ਬੰਦੇ ਨਹੀਂ 35 ਇਕੱਠੇ ਹੁੰਦੇ ਹੁੰਦੇ ਸੀ ਕਿੱਥੇ ਕਿੱਥੇ ਤੁਸੀਂ ਸਮਝਾਉਤੇ ਕਰੇ ਸਾਨੂੰ ਸਭ ਪਤਾ ਹੈ ਕਿਵੇਂ ਕਿਵੇਂ ਤੁਸੀਂ ਬੱਦਲਾਂ ਤੋਂ ਪਾਣੀ ਪੀਤੇ ਸਾਨੂੰ ਸਭ ਪਤਾ ਹੈ ਸਾਡਾ ਮੂੰਹ ਨਾ ਖਲਾਓ ਅਸੀਂ ਸੰਘਰਸ਼ ਨਹੀਂ ਫੇਲ ਕਰਨਾ ਚਾਹੁੰਦੇ ਸਾਮਝੀ ਗੱਲ ਮੇਰੀ ਇਹ ਰਾਜੇਵਾਲ ਸਾਹਿਬ ਬਿਆਨ ਦੇਣ ਤੋਂ ਪਹਿਲਾਂ ਆਪਣੇ ਬਾਰੇ 100 ਵਾਰੀ ਸੋਚੋ ਵੀ ਤੁਸੀਂ ਕਿਹੜੀ ਸਟੇਜ ਤੇ ਖੜੇ ਹੋ ਹੁਣ ਤੁਸੀਂ ਉਹ ਸਟੇਜ ਤੇ ਨਹੀਂ ਖੜੇ ਜਿੱਥੇ 30 35 20 50 100 ਬੰਦਾ ਸੁਣਨ ਆਲਾ ਇੱਥੇ ਇੰਟਰਨੈਸ਼ਨਲ ਮੀਡੀਆ ਨੈਸ਼ਨਲ ਮੀਡੀਆ ਤੇ ਹੋਰ ਪਤਾ ਨਹੀਂ ਕਿੰਨੇ ਤੁਹਾਨੂੰ ਦੇਖਣ ਆਲੇ ਬੈਠੇ ਨੇ ਇਹ ਗੱਲ ਯਾਦ ਰੱਖਿਓ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸੀਸ ਚੁਲੇਗੇ ਸੱਤਰ ਚੁਲੇਗੇ ਸੀਸ ਤੇ ਬੜੀ ਕਰੇਗੀ ਮौज ਤੇ ਬੜਾ ਬੜੀ ਮौज ਕਰਨੀ ਆ ਇਸੇ ਨਿਸ਼ਾਨ ਨੇ ਅਕਾਲ ਤਖਤ ਸਾਹਿਬ ਤੇ ਚੁਲਣਾ ਹੈ ਇਸੇ ਨਿਸ਼ਾਨ ਨੇ ਸਾਡੇ ਤਖਤ ਤੋਂ ਚੱਲ ਕੇ ਦਿੱਲੀ ਦੇ ਤਖਤ ਤੇ ਚੁਲਣਾ ਜੈਸੀ ਦਿੱਲੀ ਮਾਰੀ ਜੈਸੀ ਬਿੱਲੀ ਮਾਰੀ ਤੇ ਅਸੀਂ ਦਿੱਲੀ ਮਾਰੀ ਇਹ ਐਵੇਂ ਨਹੀਂ ਸੀ ਗੱਲਾਂ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਇਸ ਨਿਸ਼ਾਨ ਸਾਹਿਬ ਦੇ ਨਾਂ ਤੇ ਵਸਦਾ ਰਾਜਾ ਜਲ ਸਾਹਿਬ ਕਿਸੇ ਦੇ ਪਿਓ ਦਾ ਸੰਘਰਸ਼ ਨਹੀਂ ਵੀ ਤੁਸੀਂ ਜੋ ਕਹੋਗੇ ਅਸੀਂ ਸੁਣੀ ਜਾਵਾਂਗੇ ਤੁਸੀਂ ਜੋ ਕਹੋਗੇ ਅਸੀਂ ਮੰਨੀ ਜਾਵਾਂਗੇ ਨਹੀਂ ਹੁਣ ਤੱਕ ਤੁਹਾਡੀਆਂ ਮੰਨੀਆਂ ਨੇ ਪਰ ਹੁਣ ਨਹੀਂ ਮੰਨਣ ਜੋ ਗੱਲ ਤੁਹਾਡੀ ਤੁਸੀਂ ਕਹਿੰਦੇ ਉਹ ਨਿਹੰਗ ਸਿੰਘ ਪਾਸੇ ਚਲੇ ਜਾਓ ਗਲਤ ਪ੍ਰਭਾਵ ਪਿੰਦਾ ਕੀ ਗਲਤ ਪ੍ਰਭਾਵ ਪਿੰਦਾ ਤੁਹਾਨੂੰ ਬਾਣੇ ਤੋਂ ਨਾਫਰਤ ਹੈ ਤੁਹਾਨੂੰ ਨਿਸ਼ਾਨ ਸਾਹਿਬ ਤੋਂ ਨਾਫਰਤ ਹੈ ਤੁਹਾਨੂੰ ਦਮਾਲਿਆਂ ਤੋਂ ਨਾਫਰਤ ਹੈ ਅਸਲ ਵਿੱਚ ਤੁਹਾਨੂੰ ਨਾਫਰਤ ਨਹੀਂ ਤੁਹਾਡੇ ਅੰਦਰ ਡਰ ਹੈ ਤੁਹਾਡੇ ਅੰਦਰ ਡਰ ਹੈ ਡਰ ਡਰ ਕਾਦਾ ਕਿਉਂਕਿ ਸੱਚੇ ਅਕਾਲਪੁਰਖ ਦੇ ਸਿਪਾਈ ਨੇ ਤੇ ਉਹਨਾਂ ਨੇ ਮੰਨਣੀ ਸਰ ਅਕਾਲਪੁਰਖ ਦੀ ਹੈ ਤੇ ਤੁਸੀਂ ਜਾ ਕੇ ਦਿੱਲੀ ਦੇ ਤਲ ਵਿੱਚ ਚਟਣੇ ਨੇ ਤੁਸੀਂ ਜਾ ਕੇ ਮੋਦੀ ਦੀਆਂ ਪਾਲਸ਼ਾਂ ਮਾਰਨੀਆਂ ਨੇ ਰਾਜੇਲ ਸਾਹਿਬ ਪਰ ਨੀਂਗ ਸਿੰਘਾਂ ਨੇ ਕਿਸੇ ਨੇ ਰਾਜ ਰਾਜੇਲ ਸਾਹਿਬ ਅਸੀਂ ਕਿਸੇ ਮੋਦੀ ਦੀ ਚਾਪਲੂਸੀ ਨਹੀਂ ਕਰਨੀ ਤੁਹਾਨੂੰ ਲੋੜ ਹੋਊ ਗੈਸ ਏਜੰਸੀਆਂ ਦੀ ਤੁਹਾਨੂੰ ਲੋੜੂ ਪੈਟਰੋਲ ਪੰਪਾਂ ਦੀ ਤੁਹਾਨੂੰ ਲੋੜੂ ਲਾਇਸੈਂਸਾਂ ਦੀ ਖਾਲਸੇ ਪੰਥ ਨੂੰ ਕੇ ਚੀਜ਼ ਦੀ ਲੋੜ ਨਹੀਂ ਇਹ ਗੱਲ ਯਾਦ ਰੱਖਿਓ ਮੇਰੀ ਤੁਹਾਡੇ ਕਰਕੇ ਸੰਘਰਸ਼ ਫੇਲ ਹੋ ਜੇ ਹੋ ਪਹਿਲੀ ਗੱਲ ਤੇ ਫੇਲ ਹੁੰਦਾ ਨਹੀਂ ਜੇ ਲੋੜ ਪਈ ਅਸੀਂ ਸ਼ਹੀਦੀਆਂ ਦੇ ਦੇਾਂਗੇ ਅਸੀਂ ਮੌਤੋਂ ਨਹੀਂ ਡਰਦੇ ਮੂਹਰੇ ਹੋ ਕੇ ਲੜਾਂਗੇ ਤੇ ਮੂਹਰੇ ਹੋ ਕੇ ਮਰਾਂਗੇ ਨਾ ਅਸੀਂ ਥੋਤੋਂ ਡਰਦੇ ਆ ਅਸੀਂ ਹੁਣ ਤੱਕ ਜਾਤ ਤੇ ਚ ਰਹੇ ਆ ਤੁਸੀਂ ਕਿਹਾ ਸ਼ਾਂਤੀ ਰੱਖੋ ਅਸੀਂ ਸ਼ਾਂਤੀ ਰੱਖੀ ਉਗਰਾਹਾਂ ਸਾਹਿਬ ਨੇ ਸਾਨੂੰ ਖਨੌਰੀ ਰੋਕਿਆ ਸੀ ਬੇਤੋਂ ਅੱਗੇ ਨਹੀਂ ਜਾਣਾ ਅਸੀਂ ਲਾ ਕੇ ਝੰਡੇ ਫੜਾਦੇ ਸੀ ਵੀ ਅਸੀਂ ਦਿੱਲੀ ਦਾ ਮਤਲਬ ਦਿੱਲੀ ਜਾਣਾ ਸਮਝਦੇ ਹੋ ਗੱਲ ਦਿੱਲੀ ਜਾਣ ਦਾ ਮਤਲਬ ਦਿੱਲੀ ਹੈ ਤੇ ਅਸੀਂ ਦਿੱਲੀ ਆ ਕੇ ਰੁਕੇ ਆ ਅਸੀਂ ਇੱਥੇ ਲੀਡਰਸ਼ਿਪ ਨੂੰ ਲੈ ਕੇ ਆਉਣ ਆਲੀ ਨੌਜਵਾਨੀ ਹੈ ਤੁਸੀਂ ਗੱਲ ਕਰਦੇ ਹੋ ਨਿਸ਼ਾਨ ਸਾਹਿਬ ਪੱਟਣ ਦੀ ਅਸੀਂ ਹੱਕ ਤੇ ਗੱਡਾਂਗੇ ਦਿੱਲੀ ਦੀ ਹੱਕ ਤੇ ਤੁਸੀਂ ਇੱਕ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹੋ ਤੁਸੀਂ ਇੱਕ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹੋ ਹੁਣ ਦੇਖਿਓ ਨਿਸ਼ਾਨ ਸਾਹਿਬ ਕਿੰਨੇ ਲੱਗਦੇ ਆ ਉਹ ਸ਼ਰਮ ਮੰਨੋ ਸ਼ਰਮ ਆ ਇੱਕ ਜੇ ਸਿੰਘ ਆਇਆ ਵਿੱਚ ਕੋਈ ਤੇਰੇ ਵਰਗੇ ਫੇਰ ਕਰਨਗੇ ਜਾ ਜਾ ਚਵਲਾ ਹੋਰ ਨਾ ਕੁਛ ਲੈ ਲੀਏ ਨੂੰ ਕਰਿਓ ਰਿਪਲਾਈ ਸਾਰੇ ਇਹ ਪਾਲਸੀਓ ਚਮਚਿਓ ਨਾ ਮਾਰੋ ਪਾਲਸਾ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖ ਲੋ ਤੂੰ ਮੇਰਾ ਕੀ ਪਤਾ ਕਰਨਾ ਹੈ ਮੇਰਾ ਨੰਬਰ ਲੇਖ 86 993 69078 ਜਗਜੀਤ ਸਿੰਘ ਮੇਰਾ ਨਾਮ ਹੈ ਪਿੰਡ ਢੇੜੀ ਕੀ ਹੈ ਠੀਕ ਹੈ ਤੂੰ ਮੇਰੇ ਬਾਰੇ ਕੀ ਪਤਾ ਕਰਨਾ ਹੈ ਉਹ ਕਰ ਲਈ ਜਿਹੜਾ ਕੋਈ ਪਤਾ ਕਰਨਾ ਤੇਰੇ ਰਗੀਆਂ ਚਬਲਾ ਤਨੂੰ ਮੈਨੂੰ 50 ਮਿਲਦੀਆਂ ਨੇ ਜਦੋਂ ਮਰਜੀ ਮਿਲ ਲਿਓ 86993 93078 ਮੇਰਾ ਨਵਾਂ ਨੰਬਰ ਹੈ ਪੁਰਾਣਾ ਨੰਬਰ ਮੇਰਾ ਬੰਦ ਹੋ ਗਿਆ ਉਹ ਪੋਰਟ ਕਰਾਤਾ ਸੀ ਉਹ ਕੋਈ ਪ੍ਰੋਬਲਮ ਆ ਗਈ ਹੈ ਆਧਾਰ ਕਾਰਡ ਦੀ ਉਹ ਨੰਬਰ ਚੱਲਣਾ ਨਹੀਂ ਇਹ ਨੰਬਰ ਮੇਰਾ ਨਵਾਂ ਹੈ ਰਾਜਾ ਸਾਹਿਬ ਅਸੀਂ ਦਿੱਲੀ ਦੀ ਹੱਕ ਤੇ ਨਿਸ਼ਾਨ ਸਾਹਿਬ ਖੜਾਾਂਗੇ ਤੇ ਨਿਹੰਗ ਸਿੰਘ ਲਾਲ ਕਿਲੇ ਤੱਕ ਗੂੰਜਣਗੇ ਏ ਉਹਨਾਂ ਚਿਰ ਨਿਹੰਗ ਸਿੰਘ ਉੱਥੇ ਬੈਠਣਗੇ ਰਾਜੇਵਾਲ ਸਾਹਿਬ ਜਿੰਨਾ ਚਿਰ ਇਹ ਸੰਘਰਸ਼ ਖਤਮ ਨਹੀਂ ਹੁੰਦਾ ਜਿੰਨਾ ਚਿਰ ਇਹ ਸੰਘਰਸ਼ ਖਤਮ ਨਹੀਂ ਹੁੰਦਾ ਭਾਵੇਂ ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਇਹ ਲੋਕ ਲੈ ਰਹੇ ਰਾਜੇਵਾਲ ਸਾਹਿਬ ਕਿਸੇ ਜਥੇਬੰਦੀ ਦੀ ਨਹੀਂ ਇਹ ਉਗਰਾਹਾਂ ਦੀ ਜਾਂ ਰਾਜੇਵਾਲ ਦੀ ਜਾਂ ਟਕਾਉਂਦਾ ਨਹੀਂ ਲਹਿਰ ਨਹੀਂ ਇਹ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਉੱਠੀ ਪੰਜਾਬ ਦੀ ਲਹਿਰ ਐ ਇਹ ਕਿਸੇ ਦੇ ਪਿਓ ਦੀ ਨਹੀਂ ਸਮਝਣਿਓ ਗੱਲ ਇਹ ਨਹੀਂ ਵੀ ਤੁਸੀਂ ਨਾਦਰਸ਼ਾਈ ਫਰਮਾਨ ਜਾਰੀ ਕਰੋਗੇ ਇੱਕ ਉਗਰਾਹ ਸਾਹਿਬ ਕਹਿੰਦੇ ਨੇ ਵੀ ਉਹ ਜਕਾਰਾ ਨਹੀਂ ਲਾਉਣਾ ਬੋਲੇ ਸੋਨਿਆਲ ਸਤ ਸ੍ਰੀ ਅਕਾਲ ਦਾ ਕੀ ਗੱਲ ਜੀ ਕਿਉਂ ਨਹੀਂ ਲਾਉਣਾ ਜਦੋਂ ਤਾਂ ਫੈਰੀਗੇਟ ਪਟਣੇ ਨੇ ਉਦੋਂ ਬੋਲੇ ਸੋਨਿਆਲ ਜਦੋਂ ਪੱਥਰ ਧੱਕਣੇ ਨੇ ਉਦੋਂ ਬੋਲੇ ਸੋਨਿਹਾਲ ਜਦੋਂ ਪਾਣੀ ਦੇ ਬਿਛਾੜਾ ਮੂਰੇ ਕੜਨਾ ਹੈ ਉਦੋਂ ਬੋਲੇ ਸੋਨਿਹਾਲ ਤੇ ਜਦੋਂ ਸਟੇਜ ਤੇ ਚੜ੍ਹਨੇ ਲੋਕਾਂ ਨੂੰ ਸੰਬੋਧਨ ਕਰਨਾ ਹੈ ਫਿਰ ਨਾਅਰੇ ਨਹੀਂ ਲਾਉਂਦੇ ਉਹ ਸਾਡਾ ਉਹਨਾਂ ਦੁੱਕੀ ਦੇ ਕਾਮਰੇਡਾ ਨਾ ਕੀ ਲੈਣਾ ਦੇਣਾ ਓਏ ਜਿਹੜੇ ਅੰਦਰ ਬੈਠੇ ਸਾਡੇ ਪੰਜਾਬ ਲਈ ਉਹਨਾਂ ਨੇ ਕੀ ਦੇਣਾ ਸਾਨੂੰ ਦੱਸੋ ਅਸੀਂ ਕਿਉਂ ਉਹਨਾਂ ਦੀਆਂ ਤਖਤੀਆਂ ਬੜੀਏ ਅਸੀਂ ਤਖਤੀਆਂ ਫੜਾਂਗੇ ਸਾਡੇ ਪੰਜਾਬੀ ਭਰਾਵਾਂ ਦੀਆਂ ਬਰਬਾਦ ਹੀ ਗੱਲ ਐ ਜਿੰਨਾ ਚਿਰ ਇਹ ਕਿਸਾਨੀ ਸੰਘਰਸ਼ ਚੱਲਦਾ ਐ ਇਹ ਕਿਸਾਨੀ ਸੰਘਰਸ਼ ਦੇ ਵਿੱਚੋਂ ਤੁਹਾਨੂੰ ਭਜਣ ਦੇਣਾ ਇਹ ਗੱਲ ਯਾਦ ਰੱਖਿਓ ਜਿੰਨਾ ਚਿਰ ਮਸਨ ਫਤੇ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਉਹਨਾਂ ਚਿਰ ਅਸੀਂ ਇੱਥੇ ਹੀ ਬੈਠੇ ਆਂ ਭਾਈ ਜੀ ਕੇਸਰੀ ਨਿਸ਼ਾਨ ਸਾਹਿਬ ਵੀ ਝੁਲਣਗੇ ਫੌਜਾਂ ਚਕਾਰੇ ਵੀ ਲਾਉਣਗੀਆਂ ਨਿਹੰਗ ਸਿੰਘ ਵੀ ਬੈਠਣਗੇ ਦੇਸੀ ਸ਼ਹੀਦੀਆਂ ਦੇਣੀਆਂ ਪਈਆਂ ਪਾਤਸ਼ਾਹ ਮਿਹਰ ਕਰੇ ਸ਼ਹੀਦੀਆਂ ਲੈ ਲਵੇ ਅਸੀਂ ਮਰਾਂਗੇ ਵੀ ਲੜਾਂਗੇ ਵੀ ਕਿਉਂਕਿ ਸਾਡੀ ਹੋਣ ਦਾ ਮਸਲਾ ਹੈ ਇਹ ਸਾਡੀਆਂ ਜ਼ਮੀਨਾਂ ਦਾ ਮਸਲਾ ਨਹੀਂ ਇਹ ਸਾਡੀ ਆਨ ਬਾਨ ਸ਼ਾਨ ਅਣਖ ਤੇ ਗੈਰਤ ਦਾ ਮਸਲਾ ਹੈ ਤੁਸੀਂ ਕਹਿੰਦੇ ਹੋ ਨਿਸ਼ਾਨ ਸਾਹਿਬ ਬਿਤਾ ਦਿਓ ਬੜਾ ਸੌਖਾ ਕਹਿੰਦਾ ਰਾਜੀਵਾਲ ਸਾਹਿਬ ਇਹ ਐ ਨਹੀਂ ਹੁੰਦਾ ਵੀ ਤੁਸੀਂ ਜੋ ਭਗਾਈ ਮਾਰਤੀ ਤੇ ਅਸੀਂ ਸੁਣ ਲਈ ਤੁਸੀਂ ਜੋ ਕਹਤਾ ਸੀ ਮੰਨ ਲਿਆ ਅੱਜ ਨਿਸ਼ਾਨ ਸਾਹਿਬ ਪੁੱਟਣ ਨੂੰ ਕਹਨੇ ਹੋ ਕੱਲ ਨੂੰ ਕਹੋਗੇ ਪੱਗ ਲਾ ਦੇ ਪਰਸ ਨੂੰ ਕਹੋਗੇ ਗਾਤਰਾ ਲਾ ਦਿਓ ਇਹਦਾ ਵੀ ਗਲਤ ਮੈਸੇਜ ਜਾਂਦਾ ਕਹਦਾ ਮੈਸੇਜ ਗਲਤ ਜਾਂਦਾ ਸਾਡੀਆਂ ਦਾੜੀਆਂ ਸਾਡੀਆਂ ਦਾੜੀਆਂ ਦਾ ਵੀ ਮੈਸੇਜ ਫਿਰ ਗਲਤ ਜਾਂਦਾ ਹੂ ਇਹ ਵੀ ਘਟਾ ਦिए ਸਾਡੇ ਕੜਿਆਂ ਦਾ ਵੀ ਮੈਸੇਜ ਗਲਤ ਜਾਂਦਾ ਹੂ ਇਹ ਵੀ ਘਟਾ ਦिए ਲਾ ਦिए ਸਾਡੇ ਗੱਦਰਿਆਂ ਤੋਂ ਵੀ ਲੋਕ ਡਰਦੇ ਨੇ ਸਾਡੀ ਕਿਰਪਾਨ ਤੋਂ ਵੀ ਲੋਕ ਡਰਦੇ ਨੇ ਫਿਰ ਲਾ ਦिए ਗੱਲ ਹੋਂਦ ਦੀ ਆ ਸਾਡੀ ਦੀ ਜਿੰਨਾ ਚੇ ਜੇ ਸਾਡੀ ਹੋਂਦ ਸਾਡਾ ਆਪਣਾ ਆਪ ਕਾਇਮ ਹੈ ਉਹਨਾਂ ਚਰ ਸੰਘਰਸ਼ ਕਾਇਮ ਹੈ ਇਹ ਦਿੱਲੀ ਪੰਜਾਬ ਤੋਂ ਡਰਦੀ ਹੈ ਇਹ ਰਾਜਿਆਂ ਤੋਂ ਨਹੀਂ ਡਰਦੀ ਇਹ ਢਕੌਂਦਾਂ ਤੋਂ ਨਹੀਂ ਡਰਦੀ ਇਹ ਦੁੱਕੀ ਤਿੱਕੀ ਕਿਸੇ ਤੋਂ ਨਹੀਂ ਘਟੋ ਘਟ ਬਿਆਨ ਦੇਣ ਤੋਂ ਪਹਿਲਾਂ 100 ਵਾਰੀ ਸੋਚ ਲੈਂਦੇ ਵੀ ਅਸੀਂ ਸੰਘਰਸ਼ ਦੇ ਕਿਸ ਪੁਆਇੰਟ ਤੇ ਖੜੇ ਆ ਅਸੀਂ ਇਹ ਗੱਲਾਂ ਕਰਦੇ ਚੰਗੇ ਲੱਗਦੇ ਆ ਕਹੇ ਜੇ ਬਿਆਨ ਦੇ ਰਹੇ ਹੋ ਤੁਸੀਂ ਹੁਣ ਨਿਸ਼ਾਨ ਸਾਹਿਬ ਵੀ ਲੰਘਣਗੇ ਨਿਸ਼ਾਨ ਸਾਹਿਬ ਝੂਲਣਗੇ ਵੀ ਤੇ ਸੰਘਰਸ਼ ਵੀ ਲੜਾਂਗੇ ਅਸੀਂ ਸਟੇਜਾਂ ਤੇ ਆਵਾਂਗੇ ਭਾਈ ਜੀ ਹੁਣ ਸਟੇਜਾਂ ਤੇ ਤੁਹਾਨੂੰ ਅਗੇ ਸਟੇਜਾਂ ਦੇ ਸਵਾਲ ਕਰਾਂਗੇ ਤੇ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿਓ ਫਿਰ ਪੁੱਛਾਂਗੇ ਤੁਹਾਨੂੰ ਬਲੱਡ ਵਧਾ ਦਿੰਨੇ ਹੋ ਯਾਰ ਕਿੰਨੇ ਅਸੀਂ ਸ਼ਾਂਤੀ ਨਾਲ ਬੈਠੇ ਆ ਯਾਰ ਲੜਾਈ ਲੜ ਰਹੇ ਆ ਯਾਰ ਅਸੀਂ ਸੁਣ ਰਹੇ ਆ ਤੁਹਾਡੀਆਂ ਅਸੀਂ ਮੰਨ ਰਹੇ ਆ ਤੁਹਾਡੀਆਂ ਸਾਰਾ ਕੁਝ ਸਮਝ ਰਹੇ ਆ ਯਾਰ ਕੋਈ ਗੱਲ ਨਹੀਂ ਕਿਉਂਕਿ ਅਸੀਂ ਆਏ ਆ ਪੰਜਾਬ ਤੋਂ ਲੜਨ ਇਹ ਹਰੇ ਝੰਡੇ ਤੋਂ ਨਹੀਂ ਡਰਦੇ ਇਹ ਗੱਲ ਯਾਦ ਰੱਖਿਓ ਇਹ ਕਿਸੇ ਹਰੇ ਝੰਡੇ ਤੋਂ ਨਹੀਂ ਡਰਦੇ ਕਿਸਾਨੀ ਝੰਡੇ ਤੋਂ ਨਹੀਂ ਡਰਦੇ ਇਹ ਡਰਦੇ ਨشان ਸਾਹਿਬ ਤੋਂ ਨੇ ਸਾਡੀ ਹੋਂਦ ਚੁਬਦੀ ਐ ਕਾਮਰੇਡੋ ਹੋਂਦ ਸਾਡੇ ਨਿਸ਼ਾਨ ਸਾਹਿਬ ਚੁਬਦੀਆਂ ਤੁਹਾਨੂੰ ਨਿਸ਼ਾਨ ਸਾਹਿਬ ਚੁਬਦੀਆਂ ਸਾਡੇ ਤੁਹਾਨੂੰ ਸਾਡੀਆਂ ਦਸਤਾਰਾਂ ਚੁਬਦੀਆਂ ਨੇ ਸਾਡੇ ਕੜੇ ਚੁਬਦੇ ਨੇ ਸਾਡੀਆਂ ਦਾੜੀਆਂ ਚੁਬਦੀਆਂ ਨੇ ਤੁਹਾਨੂੰ ਸਾਡੇ ਵਿਚਾਰ ਚੁਬਦੇ ਨੇ ਸਾਡੇ ਗੁਰੂ ਦਾ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਬਾਣਾ ਚੁਬਦਾ ਤੁਹਾਡੇ ਸਾਡੇ ਨਿਹੰਗ ਸਿੰਘ ਵੀ ਉੱਥੇ ਹੀ ਨੇ ਤੇ ਉੱਥੇ ਤੇ ਵੀਰ ਬਣ ਕੇ ਵਿੱਚ ਫੋਨ ਨਾ ਕਰੋ ਮੇਰਾ ਨੰਬਰ ਨੋਟ ਕਰ ਲਓ ਜੇ ਕੋਈ ਵੀਰ ਨੇ ਵਿਚਾਰ ਕਰਨਾ ਹੈ 8699369078 8699369078 ਪਰ ਵੀਰ ਵਰਗੇ ਬੇਨਤੀ ਹੈ ਹਲੇ ਵਿੱਚ ਕਾਲ ਨਾ ਕਰਿਓ ਮੈਂ ਲਾਈ ਬੈਠਾ ਰਵਨੀਤ ਬਿੱਟੂ ਰਵਨੀਤ ਬਿੱਟੂ ਨੂੰ ਕੀ ਕਿ ਕਿ ਇਹਦੀਆਂ ਕੀ ਕੁਰਬਾਨੀਆਂ ਇਹਦੇ ਦਾਦੇ ਦੀਆਂ ਕੁਰਬਾਨੀਆਂ ਕੀ ਕੁਰਬਾਨੀਆਂ ਇਹਦੇ ਦਾਦੇ ਦੀ ਵੀਰੇ ਦਾਦੇ ਨੇ ਸਾਡਾ ਡੇਢ ਲੱਖ ਮੁੰਡਾ ਪੰਜਾਬੀ ਨੌਜਵਾਨ ਗੁਰਸਿੱਖ ਨੌਜਵਾਨ ਸਾਡਾ ਘਰੋਂ ਜਗ ਜੱਕ ਕੇ ਮਾਰਤਾ ਇਹ ਕੁਰਬਾਨੀ ਐ ਉਹਦੀ ਇਹ ਕੁਰਬਾਨੀ ਐ ਵੀ ਸਾਡੀਆਂ ਬੱਚੀਆਂ ਨਾ ਸਾਡੀਆਂ ਭੈਣਾਂ ਨਾ ਸਾਡੀਆਂ ਬੀਬੀਆਂ ਨਾ ਥਾੜਿਆਂ ਦੇ ਵਿੱਚ ਉਹਨੇ ਬਲਾਤਕਾਰ ਕਰਾਂ ਤੇ ਓਏ ਬੋਲਣ ਤੋਂ ਪਹਿਲਾਂ ਅਕਲ ਨੂੰ ਹੱਥ ਮਾਰ ਲੈਂਦਾ ਤੇਰੇ ਚਿੱਟੀ ਦਾੜੀ ਐ ਮੂੰਹ ਤੇ ਓਏ ਓਏ ਸ਼ਰਮ ਮਨ ਲੈਂਦਾ ਸ਼ਰਮ ਤੈਨੂੰ ਮਾੜੀ ਮੋਟੀ ਸ਼ਰਮੇ ਆ ਜਾਂਦੀ ਤੇਰੀ ਹਰ ਇੱਕ ਗੱਲ ਨਹੀਂ ਮੰਨ ਲੈਂਦੇ ਸੀ ਓਏ ਸੁਣਦੇ ਹਰ ਇੱਕ ਚੀਜ਼ ਤੇ ਵਿਚਾਰ ਕਰ ਲੰਨੇ ਪਰ ਤੂੰ ਇਹ ਕੀ ਕਹਤਾ ਕਿ ਬਿਆਨਤੇ ਬੁੱਚੜ ਦੀ ਸ਼ਹੀਦੀ ਹੈ ਬਿਆਨਤੇ ਬੁੱਚੜ ਦੀ ਦੇਣ ਹੈ ਪੰਜਾਬ ਨੂੰ ਓ ਸ਼ਰਮ ਮੰਨਣੀ ਚਾਹੀਦੀ ਹੈ ਤੁਹਾਨੂੰ ਸ਼ਰਮ ਓਏ ਓ ਡੇਢ ਲੱਖ ਮੁੰਡੇ ਦਾ ਕਾਤਲ ਤੁਹਾਨੂੰ ਸ਼ਰਮ ਸ਼ਰਮ ਹੁਣ ਦੀਪ ਸਿੱਧੂ ਦੀਆਂ ਗੱਲਾਂ ਸੱਚੀਆਂ ਸਾਬਤ ਹੋ ਰਹੀਆਂ ਨੇ ਪਹਿਲਾਂ ਲੱਗਦਾ ਸੀ ਵੀ ਕਿਤੇ ਨਾ ਕਿਤੇ ਸ਼ਾਇਦ ਦੀਪ ਸਿੱਧੂ ਗਲਤ ਸੋਚ ਗਿਆ ਪਰ ਨਹੀਂ ਉਹ ਸਹੀ ਹੈ ਕਿਉਂਕਿ ਉਹ ਤੁਹਾਡਾ ਅੰਦਰ ਜਾਣਦਾ ਹੈ ਰਾਜੇਲ ਸਾਹਿਬ ਤੁਹਾਡੇ ਅਰਗੇ ਬੰਦਿਆਂ ਨੂੰ ਉਹ ਨੇੜੇ ਜਾਣਦਾ ਹੈ ਰਾਜੇਲ ਸਾਹਿਬ ਸਮਝ ਲਓ ਡੁੱਲੇ ਵੇਰਾਂ ਦਾ ਕੱਖ ਨਹੀਂ ਵਿਗੜਿਆ ਡੁੱਲੇ ਵੇਰਾਂ ਦਾ ਕੱਖ ਨਹੀਂ ਵਿਗੜਿਆ ਹਜੇ ਵੀ ਸੋਚ ਲਓ ਸਮਝ ਲਓ ਬਿਆਨ ਵਾਪਸ ਲੈ ਲਓ ਸਾਡਾ ਇੰਨਾ ਕੁਝ ਕਹਿਣ ਦਾ ਕਾਰਨ ਹੈ ਅਸੀਂ ਤਾਂ ਹਲੇ ਵੀ ਸ਼ਾਂਤ ਮਈ ਰਹਿ ਕੇ ਤੁਰਨ ਨੂੰ ਤਿਆਰ ਐ ਅਸੀਂ ਤਾਂ ਹਜੇ ਵੀ ਸ਼ਾਂਤ ਮਈ ਰਹਿ ਕੇ ਮਰਨ ਨੂੰ ਤਿਆਰ ਐ ਰਾਜੇਵਾਲ ਸਾਹਿਬ ਰਾਜੇਵਾਲ ਸਾਹਿਬ ਬੇਨਤੀ ਐ ਵਾਪਸ ਲੈ ਲਓ ਜੇ ਬਿਆਨਤ ਸਿੰਘ ਸ਼ਹੀਦ ਐ ਜੇ ਬਿਆਨਤ ਸਿੰਘ ਸ਼ਹੀਦ ਐ ਤਾਂ ਸੰਤ ਜਰਨੈਲ ਸਿੰਘ ਕੌਣ ਐ ਜੇ ਬਿਆਨਤ ਸਿੰਘ ਸ਼ਹੀਦ ਐ ਤਾਂ ਜਸਵੰਤ ਸਿੰਘ ਖਾਲੜਾ ਕੌਣ ਐ ਜੇ ਬਿਆਨਤ ਸਿੰਘ ਸ਼ਹੀਦ ਐ ਫਿਰ ਜਥੇਦਾਰ ਗਰਦੇਸ਼ ਸਿੰਘ ਕੌਕੇ ਕੌਣ ਹੈ ਦੱਸੋ ਸਾਨੂੰ ਜਵਾਬ ਦਿਓ ਹੈ ਜਵਾਬ ਕੋਈ ਜਾਂ ਸਿਰਫ ਤੁਸੀਂ ਸੰਘਰਸ਼ ਨੂੰ ਫੇਲ ਕਰਨਾ ਉਹਨੇ ਰਾਜੀਲ ਸਾਹਿਬ ਐਡੀ ਲੋਕ ਲਹਿਰ ਦੁਆਰੇ ਪੈਦਾ ਨਹੀਂ ਹੋਣੀ ਦਿੱਲੀ ਦੀ ਹੱਕ ਤੇ ਚੜ ਚੜ ਕੇ ਕਿਸੇ ਨੇ ਨਹੀਂ ਨੱਚਣਾ ਰਾਜੀਲ ਸਾਹਿਬ ਸਰਕਾਰ ਦੇ ਹੱਥ ਨਾ ਲੱਗੋ ਬਿਆਨ ਦੇਣ ਤੋਂ ਪਹਿਲਾਂ ਸੋਚੋ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਸ਼ਾਂਤ ਮੈਂ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਆ ਲੜਨਾ ਚਾਹੁੰਦੇ ਆ ਅਸੀਂ ਤਾਂ ਅੱਗੇ ਵੀ ਨਹੀਂ ਆਏ ਦੱਸੋ ਕਿਹੜੀ ਧਾਰਮਿਕ ਹਸਤੀ ਸਾਡੀ ਅੱਗੇ ਲੱਗੀ ਐ ਦੱਸਣ ਸਾਡੇ ਸਿੱਖ ਪੰਥ ਦਾ ਕੋਈ ਨੁਮਾਇੰਦਾ ਕਿਹੜਾ ਜਿਹੜਾ ਨਿਸ਼ਾਨ ਸਾਹਿਬ ਲੈ ਕੇ ਤੁਹਾਡੀ ਸਟੇਜ ਤੇ ਚੜ ਗਿਆ ਦੱਸੋ ਕਿਹੜਾ ਜਿਨੇ ਆ ਕੇ ਤੁਹਾਨੂੰ ਕੋਈ ਰਹਿ ਦੇਤੀ ਰਹਾ ਤੁਹਾਡੀਆਂ ਸਲਾਹਾਂ ਤੁਹਾਡੀਆਂ ਲੜਾਈ ਲੜਨ ਦੇ ਲਈ ਮੂਰਲੇ ਜਥੇਦਾਰ ਮੂਰਲੇ ਆਗੂ ਤੁਸੀਂ ਅਸੀਂ ਤੁਹਾਡੇ ਪਿੱਛੇ ਆਏ ਇਹ ਇਹ ਨਹੀਂ ਗੱਲ ਹੋਣੀ ਰਾਜੇਵਾਲ ਸਾਹਿਬ ਦੋਨਾਂ ਬੇੜੀਆਂ ਚ ਪੈਰ ਨਾ ਧਰੋ ਇੱਕ ਸੈਂਟਰ ਦੀ ਤੇ ਦੂਜੀ ਪੰਜਾਬ ਦੀ ਕਿਸਾਨੀ ਸੰਘਰਸ਼ ਦੀ ਇਹ ਗੱਲ ਯਾਦ ਰੱਖਿਓ ਮੇਰੀ ਜੇ ਦੋਨਾਂ ਬੇੜੀਆਂ ਚ ਪੈਰ ਧਰੋਂਗੇ ਰਾਜੇਵਾਲ ਸਾਹਿਬ ਤਾਂ ਨੁਕਸਾਨ ਖਾਓਗੇ ਰਾਜਿਆ ਸਾਹਿਬ ਨੁਕਸਾਨ ਕਾਉਂਗੇ ਤੁਸੀਂ ਰਾਜਿਆ ਸਾਹਿਬ ਤੁਹਾਡੀ ਏਕਾਦ ਦਾ ਪਤਾ ਲੱਗ ਗਿਆ ਕਿ ਦਿੱਲੀ ਦੇ ਪੈਰਾਂ 'ਚ ਜਾ ਕੇ ਬੈਠਣ ਆਲੇ ਹੋ ਓਏ ਆਗੂਓ ਸ਼ਰਮ ਮੰਨੋ ਸ਼ਰਮ ਉਹ ਰਵਨੀਤ ਸਿੰਘ ਬਿੱਟੂ ਦੇ ਪਿਓ ਬਾਰੇ ਬੋਲਣ ਲੱਗਿਆ ਸ਼ਰਮ ਕਰ ਲੈਂਦਾ ਰਾਜਿਆ ਤੈਨੂੰ ਮੇਰੇ ਵਰਗਾ 25 27 ਸਾਲ ਦਾ ਨੌਜਵਾਨ ਅਕਲਾਂ ਦੇ ਵੇ ਇਡੀ ਲੋ ਕੁਆਲਟੀ ਹੋ ਗਈ ਤੁਹਾਡੀ ਕਹਿੰਦੇ ਸ਼ਾ ਮੁਹੰਮਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਗਈਆਂ ਤੂੰ ਹਾਰੀਆਂ ਨੇ ਹੋਵੇਂ ਸਰਕਾਰ ਤਾਂ ਤੇਗ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਮੱਲਾ ਮਾਰੀਆਂ ਨੇ ਉਹ ਜਿਹੜੀ ਮੱਲ ਪੰਜਾਬ ਨੇ ਮਾਰੀ ਸੀ ਤੂੰ ਇਹਦਾ ਜਿੱਤੀ ਬਾਜੀ ਹਰਾਉਣ ਵਾਲੀ ਕਰਤੀ ਦਿਮਾਗ ਫਟਨ ਵਾਲਾ ਹੋਇਆ ਪਿਆ ਫਟਨ ਵਾਲਾ ਇਹਦਾ ਬਿਆਨ ਸੁਣ ਕੇ ਦਿਮਾਗ ਫਟਨ ਵਾਲਾ ਹੋ ਗਿਆ ਆਪਣੇ ਆਪ ਨੂੰ ਲੱਗਿਆ ਕਿ ਯਾਰ ਅਸੀਂ ਕਿੱਥੇ ਆ ਕਿੱਥੋਂ ਮਾਰ ਖਾਨੇ ਆ ਐਵੇਂ ਨਹੀਂ ਸ਼ਾ ਮੁਹਮਦ ਨੇ ਕਿਹਾ ਸੀ ਕਿ ਸ਼ਾ ਮੁਹਮਦਾ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਮਾਰੀਆਂ ਨੇ ਹਾਏ ਰੱਬਾ ਉਹ ਮੇਰਾ ਪੰਜਾਬ ਜਿਹੜਾ ਦਿੱਲੀ ਦੀ ਹਿੱਕ ਤੇ ਚੜ ਕੇ ਨੱਚਦਾ ਜਿਹੜੇ ਨਿਸ਼ਾਨ ਸਾਹਿਬ ਦੀ ਗਵਾਹੀ ਦੇ ਵਿੱਚ ਆਂਦਾ ਉਹ ਨਿਸ਼ਾਨ ਸਾਹਿਬ ਦੇ ਉੱਤੇ ਤੁਸੀਂ ਟਿੱਪਣੀ ਆ ਓਏ ਓਏ ਗੁਰੂ ਘਰ ਦਾ ਮੱਥਾ ਓਏ ਕਿੱਥੇ ਭਰੋਂਗੇ ਤੁਸੀਂ ਹਜੇ ਵੀ ਰਾਜੀਵਾਲ ਸਾਹਿਬ ਬੇਨਤੀ ਐ ਆਪਣੇ ਬਿਆਨ ਵਾਪਸ ਲੈ ਲਓ ਇਹ ਨਾ ਹੋਵੇ ਕੱਲ ਨੂੰ ਸੰਘਰਸ਼ ਕਿਸੇ ਪਾਸੇ ਜਾਂਦਾ ਉਹਦੇ ਜ਼ਿੰਮੇਵਾਰ ਤੁਸੀਂ ਹੋ ਸਾਡੇ ਵੱਲੋਂ ਕੋਈ ਪਹਿਲ ਨਹੀਂ ਕਿਸੇ ਧਾਰਮਿਕ ਅਸਤੀ ਵੱਲੋਂ ਕੋਈ ਪਹਿਲ ਨਹੀਂ ਹਰਦੀਪਾਲ ਸਿੰਘ ਪਲੀਜ਼ ਰਿਪੀਟ ਯੂਅਰ ਟੈਲੀਫੋਨ ਨੰਬਰ ਪਲੀਜ਼ ਔਰ ਸੈਂਡ ਮੀ ਜਰੂਰ ਬਾਈ ਜੀ ਭੇਜ ਦੇ ਮੇਰਾ ਪੁਰਾਣਾ ਨੰਬਰ ਬਾਈ ਜੀ ਬੰਦ ਹੋ ਗਿਆ ਉਹ ਮੈਂ ਪੋਰਟ ਕਰਾਇਆ ਸੀ ਜਿਹਦੇ ਕਰਕੇ ਆਧਾਰ ਕਾਰਡ ਦੀ ਪ੍ਰੋਬਲਮ ਹੋ ਗਈ ਤੇ ਉਹ ਨੰਬਰ ਬੰਦ ਹੋ ਗਿਆ ਜੇ ਕਿਸੇ ਵੀਰ ਨੇ ਕੋਈ ਸਲਾਹ ਦੇਣੀ ਹੈ ਤਾਂ ਮੈਨੂੰ ਉਹ ਮੇਰੇ ਨੰਬਰ ਤੇ ਦੇ ਸਕਦਾ ਮੇਰਾ ਨੰਬਰ ਹੈ 86993 63078 عمر ਖਾਲ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਤੁਸੀਂ ਉਹ ਵੀ ਸਾਡੇ ਗੱਲ ਪਤਾ ਮੈਨੂੰ ਲੱਗਦਾ ਹੈ ਰਾਜੀਵਲ ਸਾਹਿਬ ਢੜਰੀ ਵਾਲੇ ਬਾਬੇ ਨੂੰ ਸੁਣਨ ਲੱਗੇ ਮੈਨੂੰ ਲੱਗਦਾ ਹੈ ਵੀ ਇਹ ਡੈਮੋਕ੍ਰੇਸੀ 'ਚ ਬੜਾ ਵਿਸ਼ਵਾਸ ਰੱਖਣ ਲੱਗੇ ਜਾਂ ਫਿਰ ਕੈਪਟਨ ਸਾਹਿਬ ਨੇ ਫੋਨ ਕਰਤਾ ਰਾਜੀਵਲ ਸਾਹਿਬ ਨੂੰ ਇਹ ਬਾਈ ਜੀ ਕਮਲਜੀਤ ਸਿੰਘ ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ ਬਾਈ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਦਿਮਾਗ ਖਰਾਬ ਹੋਇਆ ਰਾਜੀਵਲ ਸਾਹਿਬ ਦਾ ਹੁਣ ਤੁਹਾਨੂੰ ਦੀਪ ਸਿੱਧੂ ਦੀ ਇੱਕ ਇੱਕ ਕਹੀ ਗੱਲ ਸਮਝ ਆਉਣੀ ਹੈ ਰਾਜੀਵਲ ਸਾਹਿਬ ਜਦੋਂ ਜਦੋਂ ਸਟੇਜ ਤੇ ਜਾਉਂਗੇ ਨਾ ਸੋ ਸਮਝ ਕੇ ਜਾਇਓ ਤੁਹਾਨੂੰ ਸਵਾਲ ਹੋਣਗੇ ਸਮਝ ਗਏ ਗੱਲ ਸਵਾਲ ਵੀ ਹੋਣਗੇ ਉਹ ਤੁਸੀਂ ਬਿਆਨ ਦਿੱਤਾ ਕਿ ਰਵਨੀਤ ਬਿੱਟੂ ਦੀ ਕੋਈ ਦੇਣ ਨਹੀਂ ਪੰਜਾਬ ਨੂੰ ਪਰ ਇਹਦੇ ਦਾਦੇ ਨੇ ਦਾਦੇ ਦੀ ਕੁਰਬਾਨੀ ਹੈ ਓਏ 1.5 ਲੱਖ ਨੌਜਵਾਨ ਮੁੰਡਾ ਮਾਰ ਕੇ 1.5 ਲੱਖ 1.5 ਲੱਖ ਨੌਜਵਾਨ ਮੁੰਡੇ ਦਾ ਖਾਤਲ ਸੀ ਜਿਹਨੂੰ ਤੂੰ ਕੁਰਬਾਨੀ ਦੇ ਕੇ ਕਹਿ ਗਿਆ ਬਹੁਤ ਗਲਤ ਗੱਲ ਰਾਜੇਲ ਸਾਹਿਬ ਬਹੁਤ ਗਲਤ ਗੱਲ ਹੈ ਤੁਹਾਡੀ ਮੈਂ ਹੈਰਾਨ ਆ ਤੁਹਾਡੇ ਤੇ ਅਸੀਂ ਤਾਂ ਪਿੱਛੇ ਖੜੇ ਆ ਅਸੀਂ ਸਾਡੇ ਕੰਨੀਓਂ ਦੱਸ ਦਿਓ ਵੀ ਤੁਸੀਂ ਧਾਰਮਿਕ ਹਸਤੀਆਂ ਨੇ ਆ ਕਰਿਆ ਖਾਲਸਤਾਨ ਦੇ ਨਾਰੇ ਦੀ ਗੱਲ ਚੱਲੀ ਅਸੀਂ ਹੱਥਾਂ 'ਚ ਬੈਨਰ ਫੜੇ ਵੀ ਵੀ ਆਰ ਨਾਟ ਖਾਲਸਤਾਨੀ ਵੀ ਆਰ ਫਾਰਮਰ ਅਸੀਂ ਕਿਸਾਨ ਅਸੀਂ ਅਤਵਾਦੀ ਨਹੀਂ ਇੱਕ ਟ੍ਰੈਂਡ ਚ ਲਾਇਆ ਤੇ ਤੁਸੀਂ ਕੀ ਦਿੱਤਾ ਉਹਨਾਂ ਮੀਡੀਆ ਨੂੰ ਮੌਕਾ ਦਿੱਤਾ ਐਨਡੀ ਟੀਵੀ ਤੇ ਬੈਠ ਕੇ ਉਹ ਦੋ ਕੌਡੀ ਦੇ ਧੱਲੇ ਸਾਡੇ ਕਿਸਾਨੀ ਸੰਘਰਸ਼ ਨੂੰ ਕੀ ਕਹਿ ਰਿਹਾ ਹੈ ਕੀ ਕਹਿ ਰਿਹਾ ਸਾਡੇ ਕਿਸਾਨੀ ਸੰਘਰਸ਼ ਨੂੰ ਕਿ ਟੁਕੜੇ ਟੁਕੜੇ ਗਏ ਕੇ ਚਲਾ ਰਹੇ ਹੈ ਇਹਨੂੰ ਤੇਨੂੰ ਚਾਉਣ ਵਾਲੇ ਕਯੂਬਨੇਸ ਨੇ ਉਹ ਨਹੀਂ ਅਸੀਂ ਕੋਈ ਕਯੂਬ ਮਿਨਿਸਟਰੀ ਅਸੀਂ ਕੋਈ ਕਾਮਰੇਡ ਨਹੀਂ ਹਾਂ ਇਹ ਗੱਲ ਯਾਦ ਰੱਖਿਓ ਮੇਰੀ ਨਾ ਅਸੀਂ ਕਿਸੇ ਜਥੇਬੰਦੀ ਪਿੱਛੇ ਗਏ ਸੀ ਨਾ ਅਸੀਂ ਕਿਸੇ ਜਥੇਬੰਦੀ ਪਿੱਛੇ ਲੱ ਕੇ ਇੱਥੇ ਆਏ ਹਾਂ ਦਿੱਲੀ ਧਰਨੇ ਤੇ ਜਿਵੇਂ ਦਿੱਲੀ ਧਰਨੇ ਤੇ ਬੈਠੇ ਹਾਂ ਤਾਂ ਪੰਜਾਬ ਦੀ ਹੋਂਦ ਲਈ ਬੈਠੇ ਹਾਂ ਆਪਣੀ ਹੋਂਦ ਲਈ ਬੈਠੇ ਹਾਂ ਕਿਸੇ ਜਥੇਬੰਦੀ ਕਰਕੇ ਨਹੀਂ ਬੈਠੇ ਐਡਾ ਇਕੱਠ ਐਡੀ ਲੋਕ ਲੈ ਰ ਐਵੇਂ ਨਹੀਂ ਇਕੱਠੇ ਹੋਏ ਐਡਾ ਸੰਘਰਸ਼ ਐਵੇਂ ਨਹੀਂ ਉੱਤੇ ਚੜਿਆ ਇੱਕ ਸਿੱਖ ਹੋਣ ਦੇ ਨਾਲ ਨਾਲ ਮੈਂ ਇੱਕ ਕਿਸਾਨ ਹਾਂ ਮੇਰੇ ਕੋਲ ਬਹਣਾ ਹੈ ਮੈਂ ਖੇਤੀ ਕਰਦਾ ਮੈਂ ਤਾਂ ਆਇਆ ਹਾਂ ਬਿਆੰਤਾ 부ਚੜ ਸੀ 부ਚੜ ਹੈ ਤੇ 부ਚੜ ਰਹੇਗਾ ਰਾਜੇ ਵਾਲ ਪ੍ਰਣਾਨ ਇਹ ਗੱਲ ਨੋਟ ਕਰ ਲੈ ਤੂੰ ਮੈਨੂੰ ਗਲਤ ਬੋਲ ਲੋਗੇ ਤੁਸੀਂ ਗਾਲਾਂ ਕੱਢ ਸਕਦੇ ਹੋ ਪੰਜ ਚਾਰ ਜਾਣੇ ਕੱਢ ਰਹੇ ਆ ਕੱਢ ਲੋ ਮੈਨੂੰ ਕੋਈ ਪਰਵਾਹ ਨਹੀਂ ਹੈ ਵੀਰੋ ਪਰ ਜਿੱਦੇ ਤੁਹਾਡੇ ਗੱਲ ਸਮਝ ਆਉਣੀ ਹੈ ਨਾ ਕਿਉਂਕਿ ਤੁਸੀਂ ਉਹ ਚੀਜ਼ ਨੂੰ ਨਾ ਵਾਚ ਕਰਦੇ ਹੋ ਨਾ ਸੋਚ ਸਕਦੇ ਹੋ ਨਾ ਸਮਝ ਸਕਦੇ ਹੋ ਮੈਨੂੰ ਲੱਗਦਾ ਹੈ ਵੀ ਸਰਕਾਰਾਂ ਆਪਣੀ ਚਾਲ ਦੇ ਵਿੱਚ ਕਾਬਜਾਬ ਹੋ ਗਈਆਂ ਤੁਹਾਡਾ ਇੱਕ ਬਿਆਨ ਰਾਜੇਵਾਲ ਸਾਹਿਬ ਇੱਕ ਬਿਆਨ ਸਾਨੂੰ ਕਿੱਥੇ ਲੈ ਕੇ ਜਾਊ ਇਹ ਸੰਘਰਸ਼ ਨੂੰ ਕਿੱਥੇ ਲੈ ਕੇ ਜਾਊ ਇਹ ਗੱਲ ਦਾ ਅੰਦਾਜ਼ਾ ਤੁਹਾਨੂੰ ਵੀ ਨਹੀਂ ਸੁਖਵਿੰਦਰ ਸਿੰਘ ਨਹਿਲ ਗਲਤ ਗੱਲਾਂ ਨੇ ਬਾਈ ਜੀ ਤੁਸੀਂ ਦੱਸ ਦਿਓ ਸਹੀ ਗੱਲਾਂ ਕੀ ਨੇ ਅਸੀਂ ਇੱਥੇ ਪੰਜਾਬ ਲਈ ਬੈਠੇ ਆ ਆਪਣੀ ਹੋਂਦ ਲਈ ਬੈਠੇ ਆ ਨਾ ਕਿ ਜਥੇ ਬੰਦੀਆਂ ਲਈ ਇਹ ਨਹੀਂ ਵੀ ਸਾਡੇ ਸਿਰ ਤੇ ਅਸੀਂ ਇਹਨਾਂ ਨੂੰ ਮਿਠਾ ਲਿਆ ਆਪਣੇ ਸਿਰ ਤੇ ਬੇ ਜੋ ਮਰਜੀ ਕਹਿਣ ਨਹੀਂ ਜੇ ਕੋਈ ਗੱਲ ਹੈ ਤੁਹਾਨੂੰ ਲੱਗਦਾ ਵੀ ਨਿਹੰਗ ਸਿੰਘਾਂ ਦਾ ਉੱਥੇ ਬੈਠਣਾ ਗਲਤ ਹੈ ਤਾਂ ਜਿਸ ਦਿਨ ਬੈਠੇ ਸੀ ਉਸ ਦਿਨ ਕਿਉਂ ਨਹੀਂ ਰੋਕਿਆ ਜਿਸ ਦਿਨ ਆਏ ਨੇ ਉਸੇ ਦਿਨ ਤੁਸੀਂ ਉਹਨਾਂ ਦੇ ਆਗੂਆਂ ਨੂੰ ਮਿਲਦੇ ਉਹਨਾਂ ਨੂੰ ਮਿਲਦੇ ਉਹਨਾਂ ਨੂੰ ਕਹਿੰਦੇ ਹੁਣ ਤੁਸੀਂ ਕਹਿੰਦੇ ਚਲੇ ਜਾਓ ਅਸੀਂ ਤੁਹਾਨੂੰ ਕਹਿੰਦੇ ਰਾਜੇਲ ਸਾਹਿਬ ਤੁਸੀਂ ਸਰਕਾਰੀ ਹੋ ਤੁਸੀਂ ਚਲੇ ਜਾਓ ਤੁਸੀਂ ਚਲੇ ਜਾਉਂਗੇ ਨਹੀਂ ਜਾ ਸਕਦੇ ਨਾ ਪਹਿਲਾਂ ਤੁਹਾਨੂੰ ਸਾਡਾ ਜਕਾਰਾ ਤੰਗ ਲੱਗਿਆ ਹੁਣ ਨਿਸ਼ਾਨ ਸਾਹਿਬ ਲੱਗਦੇ ਆ ਕੱਲੂ ਕਹੋਂਗੇ ਪੱਗ ਲੱਗਦੀ ਐ ਪਰਸੋਂ ਕਹੋਂਗੇ ਦਾੜੀ ਲੱਗਦੀ ਐ ਇਹਦਾ ਮਤਲਬ ਇਹ ਥੋੜੀ ਹੈ ਬਾਈ ਜੀ ਵੀ ਅਸੀਂ ਆਪਣਾ ਆਪਣਾ ਸਿਸਟਮ ਹੀ ਭੁੱਲ ਜੀ ਅਸੀਂ ਆਪਣਾ ਆਪ ਭੁੱਲ ਜੀ ਅਸੀਂ ਆਪਣੇ ਬਿਰਤਾਂਤ ਅਸੀਂ ਆਪਣਾ ਇਤਿਹਾਸ ਅਸੀਂ ਆਪਣੇ ਧਾਰਮਿਕ ਰੀਤੀ ਰਿਵਾਜ ਛੱਡ ਦिए ਤੁਹਾਡੇ ਪਿੱਛੇ ਲੱਗ ਕੇ ਤੁਹਾਡੇ ਪਿੱਛੇ ਲੱਗੇ ਜੀ ਨਿਸ਼ਾਨ ਸਾਹਿਬ ਵਧਾ ਦिए ਤੁਹਾਡੇ ਪਿੱਛੇ ਲੱਗੇ ਅਸੀਂ ਜਕਾਰੇ ਲਾਉਣੇ ਬੰਦ ਕਰ ਦੇਾਂਗੇ ਨਹੀਂ ਜਦੋਂ ਪੱਥਰ ਰੋੜਨੇ ਆ ਜਦੋਂ ਬੈਰੀਗੇਡ ਪੱਟਣੇ ਆ ਜਦੋਂ ਜਦੋਂ ਅਸੀਂ ਪਾਣੀ ਦੇ ਪਿਛਾੜਾਂ ਨੂੰ ਪਾਸੇ ਕਰਨਾ ਹੈ ਪਾਣੀ ਦੇ ਪਿਛਾੜਾ ਮੁਰੇ ਹਿੱਕ ਡਾਉਣੀ ਹੈ ਤਾਂ ਚਾਰੇ ਇਹ ਨਹੀਂ ਗੱਲ ਬਣਦੀ ਰਾਜੇਲ ਸਾਹਿਬ ਇਹ ਨਹੀਂ ਗੱਲ ਬਣਦੀ ਇੱਕ ਤਾਂ ਬਣਾਈ ਰੱਖੀ ਹੈ ਬਾਈ ਜੀ ਤਿੰਨ ਮਹੀਨੇ ਹੋ ਗਏ ਪੰਜਾਬ ਚੱਲਿਆ ਸੰਘਰਸ਼ 17 ਦਿਨ ਹੋ ਗਏ ਦਿੱਲੀ ਬੈਠਿਆਂ ਨੂੰ ਇੱਕ ਗੱਲ ਸਿੱਧ ਕਰ ਦੇਣਾ ਇੱਕ ਇੱਕ ਗੱਲ ਬਿਧ ਧਾਰਮਿਕ ਤੌਰ ਤੇ ਇਹ ਗਲਤ ਹੋਈ ਹੈ ਇੱਕ ਗੱਲ ਤਾਂ ਦੱਸ ਦਿਓ ਯਾਰ ਅੱਜ ਤੁਸੀਂ ਇਹਨਾਂ ਨੂੰ ਕਹਿੰਦੇ ਹੋ ਨਿਸ਼ਾਨ ਸਾਹਿਬ ਨੂੰ ਕਹਿੰਦੇ ਹੋ ਢੇਂਗ ਸਿੰਘਾਂ ਨੂੰ ਕਹਿੰਦੇ ਹੋ ਪਰਸੋਂ ਨੂੰ ਕਹੋਗੇ ਖਾਲਸਾ ਏਡ ਵਾਲੇ ਵੀ ਆਉਂਦਾ ਤੰਬੂ ਪਲਟ ਕੇ ਕਿਤੇ ਹੋਰ ਲਾ ਲੋ ਇਹ ਵੀ ਧਾਰਮਿਕ ਸੰਸਥਾ ਹੈ ਚੌਥੇ ਨੂੰ ਕਹੋਗੇ ਜਿਹੜੇ ਕਾਰ ਸੇਵ ਵਾਲੇ ਮਹਾਂਪੁਰਖਾਂ ਨੇ ਗੁਰਦੁਆਰਿਆਂ ਨੇ ਲੰਗਰ ਲਾਇਆ ਉਹ ਵੀ ਪਾਸੇ ਵੱਟ ਕੇ ਕਰਾ ਦਿਓ ਫਿਰ ਉਹਨਾਂ ਨੂੰ ਵੀ ਤੋੜ ਦਿਓ ਵਾਪਸ ਤੋੜ ਦਿਓ ਸਭ ਨੂੰ ਤੁਸੀਂ ਇਕੱਲੇ ਬੈਠੋ ਇੱਥੇ ਤਾਂ ਕਿ ਤੁਹਾਡਾ ਸੌਦਾ ਦਿੱਲੀ ਨਾਲ ਸਸਤਾ ਨਿਬੜ ਜੀ ਸੌਖਾ ਨਿਬੜ ਜੀ ਕਿਉਂਕਿ ਤੁਹਾਨੂੰ ਪਤਾ ਵੀ ਜਿੰਨਾ ਚਿਰੇ ਨਿਸ਼ਾਨ ਸਾਹਿਬ ਨੇ ਜਿੰਨਾ ਚਿਰੇ ਨਿਸ਼ਾਨ ਸਾਹਿਬ ਨੇ ਉਹਨਾਂ ਚਿਰ ਕਿਸੇ ਨੇ ਤੁਹਾਨੂੰ ਟਿਕਣ ਨਹੀਂ ਦੇਣਾ ਟਿਕਣ ਨਹੀਂ ਦੇਣਾ ਟਿਕਣ ਨਹੀਂ ਦੇਣਾ ਕਿਸੇ ਨੇ ਤੁਹਾਨੂੰ ਬਿਕਣ ਨਹੀਂ ਦੇਣਾ ਇਹ ਗੱਲ ਯਾਦ ਰੱਖਿਓ ਰਾਜਾ ਜਲ ਸਾਹਿਬ ਜਿੰਨਾ ਚਿਰੇ ਨਿਸ਼ਾਨ ਸਾਹਿਬ ਨੇ ਤੁਹਾਡੀ ਹੋਂਦ ਨੂੰ ਖਤਰਾ ਬਰਕਰਾਰ ਹੈ ਕਿਉਂ ਕਿ ਗਜ਼ਾਰਾਂ ਵਾਸਤੇ ਇਹ ਨਿਸ਼ਾਨ ਸਾਹਿਬ ਹਮੇਸ਼ਾ ਮੌਦਾ ਪੈਗਾਮ ਲੈ ਕੇ ਆਉਂਦਾ ਹੈ ਇਹ ਗੱਲ ਯਾਦ ਰੱਖਿਓ ਸਮਝੋ ਗੱਲ ਨੂੰ ਜੇ ਰਾਜੇਲ ਸਾਹਿਬ ਤੁਸੀਂ ਇਹ ਬਿਆਨ ਦਿੱਤਾ ਹੈ ਜੇ ਇਹ ਨਿਸ਼ਾਨ ਸਾਹਿਬ ਵੀ ਸਾਨੂੰ ਖਾਲਸਤਾਨੀ ਸਿੱਧ ਕਰਦਾ ਹੈ ਫਿਰ ਸਾਡੀ ਪੱਗ ਤੇ ਸਾਡੇ ਕੜੇ ਤੇ ਸਾਡੀਆਂ ਦਾੜੀਆਂ ਵੀ ਕਰਦੀਆਂ ਨੇ ਇਹ ਗੱਲ ਯਾਦ ਰੱਖਿਓ ਨਾ ਰਾਜੇਲ ਸਾਹਿਬ ਜੋ ਨੋਵੇ ਸੇ ਦਿੱਲੀ ਦੇ ਵਿੱਚ 1984 ਦੇ ਵਿੱਚ ਸਾਡੇ ਪੰਜਾਬੀਆਂ ਨੂੰ ਸਾਡੇ ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਗਿਆ ਉਹ ਤੋਂ ਕਿਸੇ ਨੇ ਨਹੀਂ ਪੁੱਛਿਆ ਵੀ ਤੇਰੇ ਕੇਸ ਦਾੜੀ ਰੱਖੇ ਆ ਨਹੀਂ ਰੱਖੇ ਉਹਨਾਂ ਨੇ ਸਿਰਫ ਨੌਮ ਅਗਰ ਸਿੰਘ ਦੇਖਿਆ ਇਸ ਦੇਸ਼ ਦੇ ਵਿੱਚ ਤੁਹਾਡੇ ਨਾਂ ਨਾਲ ਲੱਗਦਾ ਸਿੰਘ ਹੀ ਤੁਹਾਡੇ ਲਈ ਕਾਫੀ ਹੈ ਤੁਸੀਂ ਨਿਸ਼ਾਨ ਸਾਹਿਬ ਦੀਆਂ ਗੱਲਾਂ ਕਰਦੇ ਹੋ ਫਿਰ ਤਾਂ ਆਪਣੇ ਨੌਮ ਅਗਰ ਸਿੰਘ ਵੀ ਹਟਾ ਲੀਏ ਇਹ ਗੱਲ ਜਵਾਬ ਲੈਣਾ ਰਾਜੀਵਾਲ ਸਾਹਿਬ ਤੁਹਾਡੇ ਤੋਂ ਮੈਂ ਤਾਂ ਬੜੀਆਂ ਗੱਲਾਂ ਕਰ ਲੀਆਂ ਹੁਣ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਜਿਹੜੇ ਵੀਰ ਮੈਨੂੰ ਸੁਣਦੇ ਆ ਆਜੋ ਤੁਸੀਂ ਕਮੈਂਟ ਕਰੋ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਦੇ ਦਵਾਂ ਵੀਰ ਨੰਬਰ ਮੰਗਦੇ ਆ ਮੇਰਾ ਨੰਬਰ ਨੋਟ ਕਰ ਲਓ ਜੀ 8699386 993 69078 ਇਹ ਮੇਰਾ ਨਵਾਂ ਨੰਬਰ ਹੈ ਆਪਾਂ ਪੋਰਟ ਕਰਤਾ ਸੀ ਨਾ एयरटेल ਦੇ ਵਿੱਚ ਪੋਰਟ ਕਰਾਉ ਕੋਈ ਪ੍ਰੋਬਲਮ ਆ ਗਈ ਹੈ ਆਧਾਰ ਕਾਰਡ ਦਿਓ ਨੰਬਰ ਮੇਰਾ ਚੱਲਣਾ ਨਹੀਂ ਪੁਰਾਣਾ ਸੀ ਜਿਹੜਾ ਇਹ ਚੱਲਦਾ ਹੈ 86993 69078 ਇਹ ਯਾਦ ਰੱਖੋ ਜਦੋਂ ਹਿੰਦ ਦੀ ਹਕੂਮਤ ਸਾਨੂੰ ਵਰਤਦੀ ਹੈ ਇਸੇ ਨਿਸ਼ਾਨ ਸਾਹਿਬ ਇੱਥਾਂ ਵਰਤਦੀ ਹੈ ਜੇ ਚਾਈਨਾ ਦੇ ਬਾਰਡਰ ਤੇ ਲੜਨਾ ਹੈ ਤਾਂ ਕਹਿੰਦੇ ਨਿਸ਼ਾਨ ਸਾਹਿਬ ਦੀ ਅਗਵਾਈ ਚ ਲੜੋ ਜੇ ਪਾਕਿਸਤਾਨ ਦੇ ਬਾਰਡਰ ਤੇ ਲੜਨਾ ਹੈ ਨਿਸ਼ਾਨ ਸਾਹਿਬ ਦੀ ਅਗਵਾਈ ਚ ਲੜੋ ਤੇ ਜਦੋਂ ਅਸੀਂ ਦਿੱਲੀ ਨਾਲ ਲੜਦੇ ਸੀ ਨਿਸ਼ਾਨ ਸਾਹਿਬ ਪਟੜੀਏ ਨਿਸ਼ਾਨ ਸਾਹਿਬ ਉੱਤਾੜਾ ਦिए ਨਹੀਂ ਬਹੁਤ ਘਟਿਆ ਬਿਆਨ ਹੈ ਤੁਹਾਡਾ ਬਹੁਤ ਗਲਤ ਹੋਇਆ ਐਸਾ ਹੱਕ ਅਸੀਂ ਕੀ ਕਰਨਾ ਹੈ ਐਸੀਆਂ ਪੈਲੀਆਂ ਵੀ ਪਚਾ ਕੇ ਅਸੀਂ ਕੀ ਕਰਨੀਆਂ ਨੇ ਜਿਹਦੇ ਵਿੱਚ ਅਸੀਂ ਆਪਣਾ ਨਿਸ਼ਾਨ ਸਾਹਿਬ ਵੀ ਨਹੀਂ ਲਾ ਸਕਦੇ ਜਿਹਦੀ ਹੋਣ ਦੀ ਲੜਾਈ ਲਈ ਅਸੀਂ ਆਪਣਾ ਨਿਸ਼ਾਨ ਸਾਹਿਬ ਵੀ ਨਹੀਂ ਲਾ ਸਕਦੇ ਯਾਰ ਬਹੁਤ ਗਲਤ ਬਿਆਨ ਤੁਹਾਡਾ ਮੇਰਾ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਵੀਰ ਨੇ ਸਲਾਹ ਕਰਨੀ ਹੈ ਜਕਾਰੇ ਸਾਡੇ ਸ਼ਾਨ ਆਨ ਬਾਨ ਸਾਰਾ ਕੁਝ ਹੈ ਜੀ ਹੌਸਲੇ ਵੱਧਦੇ ਹੈ ਬਹੁਤ ਬਹੁਤ ਵਧੀਆ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸੁਣਿਆ ਤੇ ਸਮਝਿਆ ਤੇ ਜਿਹੜੇ ਵੀਰ ਫੋਨ ਕਰਦੇ ਆ ਉਹ ਵੀ ਵੀਰੇ ਹੁਣ ਫੋਨ ਕਰ ਸਕਦੇ ਹੋ ਮੈਂ ਜਿੰਨੀਆਂ ਗੱਲਾਂ ਕਹਿਣੀਆਂ ਸੀ ਮੈਂ ਕਹਿਤੀਆਂ ਬਾਕੀ ਆਪ ਜੀ ਦੀ ਮਰਜ਼ੀ ਮੇਰਾ ਪੰਜਾਬ ਹੈ ਜਿਹੜਾ ਉਹ ਹੱਸਦਾ ਰਹੇ ਤੇ ਮੇਰਾ ਪੰਜਾਬ ਹੈ ਜਿਹੜਾ ਉਹ ਵੱਸਦਾ ਰਹੇ ਇਹ ਸਪੈਸ਼ਲ ਮੈਂ ਆਪਣੀ ਗੱਡੀ ਦੇ ਵਿੱਚ ਇਸੇ ਕਰਕੇ ਲਾਇਆ ਕਿ ਮੇਰਾ ਹੱਸਦਾ ਰਹੇ ਪੰਜਾਬ ਮੇਰਾ ਵੱਸਦਾ ਰਹੇ ਪੰਜਾਬ ਤੇ ਇਨੀਆਂ ਕੁ ਬੇਨਤੀਆਂ ਨੇ ਮੇਰੀਆਂ ਪਾਈਪਰ ਵਨ ਕਰਿਓ ਜਿਹੜੇ ਵੀਰ ਨੇ ਮੇਰੇ ਨਾਲ ਕੋਈ ਵਿਚਾਰ ਕਰਨੇ ਆ ਜਿਵੇਂ ਵੀ ਕਰਨੇ ਆ ਉਹ ਮੇਰਾ ਨੰਬਰ ਹੈ 86993 69078 86993 69078 ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨਾਲ ਗੱਲ ਕਰ ਸਕਦੇ ਹੋ ਭਾਈ ਜੀ ਤੇ ਇੰਨੀਆਂ ਗ ਬੇਨਤੀਆਂ ਮੇਰੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ